ਫੱਟੇ 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 ਚੱਕਦੇ ਆਂਦੇ ਚੱਕਦੇ ਆਂਦੇ Yes, I love paneer. Yes, I'm eating. I like paneer. ਮੈਂ ਕਿਹਾ ਤੈਨੂੰ ਕਹਿੰਦੇ ਮਾਰਚ ਚ ਪਿੰਨੀਆਂ ਖਵਾ ਤੀਆਂ ਯਾਰੀ ਚੰਡੀਗੜ੍ਹ ਵਾਲੀ ਨੀ ਤੇਰੀ ਕਰਾ ਗਈ ਹੱਥ ਯਾਰ ਦੇ ਖੜੇ ਯਾਰੀ ਯਾਰੀ ਚੰਡੀ ਚੰਡੀਗੜ੍ਹ ਵਾਲੀ ਯਾਰੀ ਚੰਡੀਗੜ੍ਹ ਵਾਲੀ ਤੇਰੀ ਤੇਰੀ ਕਰਾ ਗਈ ਤੇਰੀ ਭੈਣ ਕਰਾ ਗਈ ਹੱਥ ਕਰਾ ਗਈ ਕਰਾ ਗਈ ਹੱਥ ਹੱਥ ਯਾਰ ਦੇ ਖੜੇ ਯਾਰ ਖੜੇ ਕੀ ਬਾਤ ਹੈ ਬਈ ਜਿੱਤ ਗਏ ਆਪਾਂ ਜਿੱਤ ਗਏ He has the biggest fame and he's a big name I know. in Punjab. And they're both amazing. And yes. to work with them, for me, was very fun. Even if there was a language barrier sometimes, yes. you feel like... ਬੰਦੇ ਨੇ ਸੋਨੇ ਦੀ ਮੁੰਦਰੀ ਬਾਬਾ ਭਾਈ ਨੂੰ ਗਿਫਟ ਦਿੱਤੀ ਸੀਗੀ ਕਿਉਂਕਿ ਉਹ ਉਹ ਚੀਜ਼ ਮੇਰੇ ਖਿਆਲ ਤੋਂ ਮਤਲਬ ਕਿ ਉਹ ਆਪਣੀ ਰਿੰਗ ਲਾ ਕੇ ਨਾ ਮੇਰੇ ਹੱਥ 'ਚ ਪਾਤੀ ਕਾਫੀ ਲਾਈਕ ਮੈਚਿਓਰ ਸੀਗੀ ਏਜ ਸੀ ਤੇ ਰਿੰਗ ਪਾ ਕੇ ਮੈਨੂੰ ਕਹਿੰਦੇ ਵੀ ਅਜੇ ਦੋ ਮੁੰਦਰੀਆਂ ਦੇਣੀਆਂ ਹੋਰ ਆ ਇਹਦਾ ਮਤਲਬ ਕਿ ਦੋ ਖਾਣੇ ਤੇਰੇ ਹੋਰ ਲਵਾਉਣੇ ਹੈ ਨਾ ਸੋ ਬੜਾ ਪ੍ਰਾਊਡ ਹੁੰਦਾ ਜਾਂ ਜਿੱਦਾਂ ਦਾ ਪੁਰਾਣੇ ਸਮੇਂ 'ਚ ਕਲਾਕਾਰ ਦੀ ਅਹਿਮੀਅਤ ਸੀਗੀ ਵੈਲਿਊ ਸੀਗੀ ਕਲਾਕਾਰ ਨੂੰ ਇਹਨੂੰ ਲੋਕੀ ਦੇਖਣਾ ਮਿਲਣਾ ਸੁਣਨਾ ਪਸੰਦ ਕਰਦੇ ਸੀਗੇ ਅੱਜ ਅੱਜ ਪੰਜਾਬ 'ਚ ਕਿਤੇ ਨਾ ਕਿਤੇ ਸੈਲੀਬ੍ਰਿਟੀ ਥੋੜ੍ਹਾ ਜਿਹਾ ਨਾ ਡਰਦੇ ਨੇ ਕਲਾਕਾਰ ਦੇ ਨਾਲ ਜਿਹੜਾ ਮੋਹ ਲੋਕਾਂ ਦਾ ਸਦੀਆਂ ਪਹਿਲਾਂ ਸੀ ਉਹ ਅੱਜ ਵੀ ਹੈ ਜਿਹੜਾ ਜਿਹਨੂੰ ਪਸੰਦ ਕਰਦੇ ਹੁਣ ਜਿਹੜਾ ਬਿਨਾਂ ਵਜ੍ਹਾ ਸ਼ਿਕਾਇਤਾਂ ਕਰੇ ਵੀ ਆਡੀਅੰਸ ਐਂ ਕਰਦੀ ਆਡੀਅੰਸ ਨੇ ਆਹ ਨਹੀਂ ਕੀਤਾ ਲੋਕਾਂ ਨੇ ਮੇਰੀ ਫਿਲਮ ਨਹੀਂ ਦੇਖੀ ਲੋਕਾਂ ਨੇ ਮੇਰਾ ਗੀਤ ਨਹੀਂ ਸੁਣਿਆ ਬਈ ਧੱਕੇ ਨਾਲ ਨਹੀਂ ਯਾਰ ਕਿਸੇ ਤੋਂ ਪਿਆਰ ਲਿਆ ਜਾ ਸਕਦਾ ਜਿਹਨੂੰ ਕਰਦੇ ਨੇ ਲੋਕ ਜਾਨ ਦੇਣ ਤੱਕ ਜਾਂਦੇ ਆ ਔਰ ਮੈਨੂੰ ਲੱਗਦਾ ਨਹੀਂ ਕਿ ਕੋਈ ਇਹ ਰਿਸ਼ਤਾ ਕਦੇ ਟੁੱਟਣ ਵਾਲਾ ਜਾਂ ਮੁੱਕਣ ਵਾਲਾ ਸੋ ਅਸੀਂ ਸਮੇਂ ਪਿਛਲੇ ਸਮੇਂ 'ਚ ਦੇਖੀਆਂ ਇਹਨਾਂ ਚੀਜ਼ਾਂ ਜੀ ਕਿਸੇ ਕਲਾਕਾਰ ਲਈ ਲੋਕ ਕਿੱਦਾਂ ਰੋਏ ਵੀ ਨੇ ਹੈ ਨਾ ਇੱਕ ਚੀਜ਼ ਨੇ ਮੈਨੂੰ ਬੜਾ ਹਰਟ ਕੀਤਾ ਸੀਗਾ ਜਦੋਂ ਬੀਂਗ ਅ ਸੈਲੀਬ੍ਰਿਟੀ ਹੋਣ ਦੇ ਨਾਤੇ ਘਰੇ ਯੂ ਨੋ ਜਦੋਂ ਉਹ ਰੇਡ ਪਈ ਸੀਗੀ ਸਮ ਟਾਈਮ ਇਹ ਹੁੰਦਾ ਵੀ ਕਈ ਵਾਰ ਤੁਸੀਂ ਬਹੁਤ ਜ਼ਿਆਦਾ ਜਿੱਦਾਂ ਮੈਂ ਪਿਛਲੇ 10 ਕੁ ਦਿਨਾਂ ਤੋਂ ਬਹੁਤ ਜ਼ਿਆਦਾ ਸਟ੍ਰੈਸਫੁਲ ਵੀ ਰਿਹਾ ਉਹ ਕੇਸ ਨੂੰ ਲੈ ਕੇ ਕਿਉਂਕਿ ਕੇਸ ਥੋੜ੍ਹਾ ਜਿਹਾ ਮੇਰਾ ਟੇਢਾ ਵੀ ਰਿਹਾ ਇਹ ਤਾਂ ਬੜਾ ਪਿਆਰਾ ਇਨਸਾਨ ਹੈ ਬਾਬਾ ਤੋ ਇਹ ਡਿਫੀਕਲਟੀ 'ਚ ਹੋਵੇ ਜਦ ਸਾਰੀ ਦੁਨੀਆ ਨੇ ਦੇਖਿਆ ਕਿ ਇਹਨੇ ਆਪਣੀ ਕਰੀਅਰ ਦੀ ਪਰਵਾਹ ਨਾ ਕਰਕੇ ਡਿਫੀਕਲਟ ਸਮੇਂ 'ਚ ਲੋਕਾਂ ਦੇ ਨਾਲ ਖੜਿਆ ਮੂਮੈਂਟ ਦੇ ਨਾਲ ਖੜਿਆ ਅਤੇ ਜੇ ਇਹਦੇ ਨਾਲ ਕੋਈ ਕਿਸੇ ਟਾਈਮ ਖੜਾ ਨਾ ਹੋਵੇ ਤਾਂ ਉਹ ਕਿੰਨਾ ਹਰਟ ਹੋਏਗਾ ਸੋ ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਵੇਖ ਕੇ ਆਓ ਪ੍ਰਾਹੁਣਾ ਚ ਇੰਨਾ ਸੌਫਟ ਪ੍ਰਾਹੁਣਾ ਤੁਸੀਂ ਵੇਖਿਆ ਨਹੀਂ ਹੋਣਾ ਵੈਸੇ ਕਦੇ ਸਵਾਗਤ ਕਰ ਲੈਂਦੇ ਜੀ ਰਣਜੀਤ ਬਾਵਾ ਭਾਜੀ ਦਾ ਤੇ ਤਾਰਾ ਜੀ ਦਾ ਗੁਰਪ੍ਰੀਤ ਘੁੱਗੀ ਭਾਈ ਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਿਊਜ਼ ਤਾਰਾ ਜੀ ਹਾਂਜੀ ਪੰਜਾਬ ਦੇਖ ਰਹੇ ਸਾਰਿਆਂ ਨੂੰ ਬਹੁਤ ਪਿਆਰ ਤਾਰਾ ਜੀ ਸਤਿ ਸ੍ਰੀ ਅਕਾਲ ਮੈਂ ਨਾ ਇੰਟਰਵਿਊ ਤੋਂ ਪਹਿਲਾਂ ਬਾਵਾ ਭਾਈ ਨੂੰ ਕਿਹਾ ਮੈਂ ਕਿਹਾ ਬਾਵਾ ਭਾਈ ਪਲੀਜ਼ ਤੁਸੀਂ ਕੁਛ ਨਾ ਕੁਛ ਟ੍ਰਾਂਸਲੇਟ ਜ਼ਰੂਰ ਕਰਿਓ ਇਹਨੇ ਸਾਹਿਲ ਨੇ ਮੈਨੂੰ ਪੁੱਛਿਆ ਇੰਟਰਵਿਊ ਤੋਂ ਪਹਿਲਾਂ ਕਹਿੰਦਾ ਭਾਜੀ 2 ਦਿਨ ਦਾ ਟਾਈਮ ਹੈਗਾ ਮੈਂ ਕਿਉਂ ਕਹਿੰਦਾ ਮੈਂ ਆਈਲੈਟਸ ਹੀ ਕਰਾਂ ਮੈਂ ਜਾ ਕੇ ਭਾਈ ਯਾਰ ਇਹਨਾਂ ਦੀ ਬੇਇੱਜ਼ਤੀ ਕਰ ਰਿਹਾ ਮੇਰੀ ਮੈਂ ਇਹ ਤਾਂ ਨਹੀਂ ਕਿਹਾ ਸੀ ਤੁਹਾਨੂੰ ਬਾਈ ਦਾ ਵਿਆਹ ਤੁਸੀਂ ਦੱਸੋ ਸਾਰੀ ਕਿਵੇਂ ਹੋ ਬਹੁਤ ਵਧੀਆ ਚੜ੍ਹਦੀ ਘੈਂਟ ਹੋ ਆਲ ਗੁੱਡ ਚੜ੍ਹਦੀ ਕਲਾ ਸਾਰਾ ਜੀ ਤਾਰਾ ਜੀ ਤੁਸੀਂ ਘੈਂਟ ਹੋ ਅੱਛੇ ਹੋ ਅੱਛੇ ਹੋ ਠੀਕ ਆ ਗ੍ਰੇਟ ਐਂਡ ਫਾਈਨਲੀ ਭਾਜੀ ਪ੍ਰਾਹੁਣਾ 2 ਜੀ ਤੁਹਾਡੀ ਫਿਲਮ ਆ ਰਹੀ ਆ ਐਂਡ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਬਾਬਾ ਭਾਜੀ ਆ ਰਹੇ ਨੇ ਕਿਉਂਕਿ
ਬਾਬਾ ਭਾਈ ਦੀ ਜਿਹੜੀ ਕਾਮੇਡੀ ਦਾ ਜਿਹੜਾ ਹਿਊਮਰ ਉਹ ਕ੍ਰੀਏਟ ਕਰਦੇ ਨੇ ਫਿਲਮ 'ਚ, ਉਹ ਬਾਕੀ ਲੋਕਾਂ ਨੂੰ ਭਾਜੀ ਬੜਾ ਸਵਾਦ ਉਹਨਾਂ ਦੇ ਕੇ। ਜੀ ਸਰ, ਬੜੇ ਟਾਈਮ ਬਾਅਦ ਮੇਰੀ ਆਪਦੀ ਫਿਲਮ ਆ ਰਹੀ ਹੈ, ਸਹੀ ਗੱਲ ਆ। ਅਤੇ ਅਸੀਂ ਬਹੁਤ ਐਕਸਾਈਟਡ ਹਾਂ ਕਿਉਂਕਿ ਫਿਲਮ ਵੀ ਬਹੁਤ ਸੋਹਣੀ ਆ। ਕਈ ਵਾਰ ਇੱਦਾਂ ਹੁੰਦਾ, ਮੈਂ ਘੁੱਗੀ ਭਾਜੀ ਨਾਲ ਵੀ ਗੱਲ ਕਰ ਰਿਹਾ ਸੀ ਕਿ ਬਹੁਤ ਸਾਰੀਆਂ ਫਿਲਮਾਂ ਸਾਡੀਆਂ ਆਪਦੀਆਂ ਬਣਦੀਆਂ ਅਤੇ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਕਿਹੜੀ ਫਿਲਮ ਕਿੰਨੀ ਗਾ। ਪਰ ਸੱਚ ਜਾਣਿਓ, ਮੈਂ ਇਸ ਫਿਲਮ ਨੂੰ ਲੈ ਕੇ ਬਹੁਤ ਐਕਸਾਈਟਡ ਹਾਂ ਔਰ ਬਹੁਤ ਖੁਸ਼ ਹਾਂ ਕਿ ਬੜੀ ਖੂਬਸੂਰਤ ਫਿਲਮ ਬਣੀ ਆ। ਅਸੀਂ ਥੋੜ੍ਹੇ ਦਿਨ ਪਹਿਲਾਂ ਸਾਰੀ ਫਿਲਮ ਦੇਖੀ ਜਦੋਂ ਫਾਈਨਲ ਹੋ ਕੇ ਆਈ, ਤਾਂ ਸੱਚੀ ਮੈਨੂੰ ਦਿਲੋਂ ਲੱਗਿਆ ਕਿ ਯਾਰ ਵਾਕਿਆ ਫਿਲਮ ਸੋਹਣੀ ਬਣੀ ਆ। ਨਹੀਂ ਤਾਂ ਕਈ ਵਾਰ ਇੱਦਾਂ ਹੁੰਦਾ ਕਿ ਕਿਤੇ ਵਿੱਚੋਂ ਡਰੈਕ ਕਰ ਗਈ, ਥੋੜ੍ਹੀ ਬਹੁਤੀ ਪਿੱਛੋਂ ਡਰੈਕ ਕਰ ਗਈ, ਪਰ ਸਾਰੀ ਮੂਵੀ ਬਹੁਤ। ਔਰ ਜਿੱਦਾਂ ਭਾਅ ਜੀ ਨਾਲ ਅਸੀਂ ਪਹਿਲਾਂ ਕਨਵਰਸੇਸ਼ਨ ਕਰ ਰਹੇ ਸੀਗੇ ਕਿ ਬਿਲਕੁਲ ਇੱਕ ਫਰੈਸ਼ ਕੰਟੈਂਟ ਆ ਇਹ। ਤੁਸੀਂ ਫਿਲਮ ਵੇਖੋਗੇ ਤਾਂ ਤੁਸੀਂ ਕਿਹਾ ਨਹੀਂ ਕਹੋਗੇ ਕਿ ਯਾਰ ਉਹਦੇ ਨਾਲ ਮਿਲਦੀ ਆ, ਉਹਦਾ ਦਾ ਪੰਚ ਆ, ਇੱਦਾਂ ਦੀ ਕਾਮੇਡੀ ਆ। ਨੋ, ਨੋਟ ਈਵਨ ਸਿੰਗਲ ਡਾਇਲੋਗ, ਮਤਲਬ ਇੱਕ ਵੀ ਕਿਤੇ ਇੱਕ ਦੂਜੇ ਨਾਲ ਮੈਚ ਨਹੀਂ ਕਰਦਾ। ਅਤੇ ਵੱਡੀ ਗੱਲ ਇਹ ਆ ਕਿ ਫਿਰ ਅਸੀਂ ਗੋਰੇ ਦੁਬਾਰਾ ਵੇਖੋ ਇੰਡੀਆ 'ਚ ਲੈਣਤੇ ਆਉਂਦੇ ਨਾ ਗੋਰੇ ਲਿਆਉਣੇ, ਅਸੀਂ ਫਿਲਮ ਥਰੂ ਲੈਣਤੇ। ਆਹੋ, ਕਹਿੰਦੇ ਸੀਗੇ ਕਿ ਗੋਰਿਆਂ ਨੂੰ ਲਿਆਉਣਾ ਬੜਾ ਔਖਾ ਆ, ਕਿ ਅਸੀਂ ਗੋਰਿਆਂ ਕੋਲ ਜਾਂਦੇ ਸੀਗੇ, ਗੋਰੇ ਇੱਧਰ ਆ ਗਏ। ਗ੍ਰੇਟ ਐਂਡ ਕੁਕੀ ਭਾਅ ਜੀ, ਬਿਲਕੁਲ ਜੀ, ਸਭ ਤੋਂ ਮਜ਼ੇ ਦੀ ਗੱਲ ਇਹ ਹੈ ਜੀ ਕਿ ਬਾਵਾ ਬੜੀ ਦੇਰ ਬਾਅਦ ਲੋਕਾਂ ਨੂੰ ਦੁਬਾਰਾ ਸਿਲਵਰ ਸਕਰੀਨ ਦੇ ਉੱਤੇ ਦਿਖੇਗਾ। ਔਰ ਜਿੰਨਾ ਮਜ਼ਾ ਅਸੀਂ 420 'ਚ ਲਿਆ ਸੀਗਾ, ਇਟਸ ਅ ਵੈਰੀ ਨੈਚੁਰਲ ਐਕਟਰ, ਇਹਦਾ ਜਿਹੜਾ ਹਿਊਮਰ ਡਿਲੀਵਰ ਕਰਨ ਦਾ ਤਰੀਕਾ, ਬਾਵੇ ਤੂੰ ਮੰਨਣਾ ਨਹੀਂ, ਆਈ ਸਵੇਅਰ ਅਪੋਨ ਗੋਡ, ਸਭ ਆਪਣੀ ਫੈਮਿਲੀ ਸਭ ਤੋਂ ਵਧੀਆ ਕ੍ਰਿਟਿਕ ਹੁੰਦੀ ਹੈ। ਰੋਹੀ ਤੁਹਾਨੂੰ ਸਹੀ ਗੱਲਾਂ ਦੱਸਦੀ, ਮੈਨੂੰ ਆ 2 ਕੁ ਦਿਨ ਦੇ ਪਹਿਲਾਂ ਸੁਖਨ ਦਾ ਫੋਨ ਆਉਂਦਾ, ਉਹ ਹੈ ਨਾ, ਅਤੇ ਉਹਨੇ ਟ੍ਰੇਲਰ ਦੇਖਿਆ, ਕਹਿੰਦਾ ਪਾਪਾ ਯਾਰ ਮੈਂ ਇੰਨਾ ਹੱਸਿਆ, ਕਹਿੰਦਾ ਯਾਰ ਬਾਵੇ ਦਾ ਕਹਿੰਦਾ ਸਟਾਈਲ ਕਿੰਨਾ ਵਧੀਆ, ਕਹਿੰਦਾ ਬਾਬਾ ਭਾਅ ਜੀ ਕਹਿੰਦਾ ਸੀ, ਮੈਂ ਬਾਬਾ ਕਹਿ ਰਿਹਾ, ਕਹਿੰਦਾ ਭਾਅ ਜੀ ਬਾਵੇ, ਕਹਿੰਦਾ ਪਾਪਾ ਬਾਵੇ ਦਾ ਸਟਾਈਲ ਦੇਖੋ ਕਿੰਨਾ ਵਧੀਆ, ਕਹਿੰਦਾ ਯਾਰ ਇੰਨਾ ਨੈਚੁਰਲ ਡਿਲੀਵਰੀ ਹੈ ਨਾ ਹਿਊਮਰ ਦੀ, ਕਹਿੰਦਾ ਬਾਬਾ ਭਾਅ ਜੀ ਜ਼ਿਆਦਾ ਫਿਲਮਾਂ ਕਰਦੇ ਕਿਉਂ ਨਹੀਂ, ਮੈਂ ਕਿਹਾ ਉਹ ਮਹੀਨੇ 'ਚ 40 ਦਾ ਸ਼ੋਅ ਲਾ ਦਿੰਦਾ, ਡੇਟਾਂ ਕਿਹਨੂੰ ਦੇਵੇਗਾ ਫਿਲਮ ਵਾਸਤੇ। ਬਟ ਇਹ ਮੈਨੂੰ ਪਤਾ ਕਿ ਮੇਰੇ ਬੱਚੇ ਜਿਹੜੇ ਨਾ ਮੇਰੀ ਹੈ ਨਾ ਫੈਮਿਲੀ ਵਾਈਫ ਸਭ ਤੋਂ ਵਧੀਆ ਕ੍ਰਿਟਿਕ ਹੋਣੇ, ਉਹ ਆਪ ਹੀ ਕਈ ਵਾਰ ਕਹਿ ਦਿੰਦੇ ਵੀ ਇਹ ਕੀ ਬਣਾਇਆ ਤੁਸੀਂ, ਕਈ ਵਾਰ ਟ੍ਰੇਲਰ ਵੇਖ ਕੇ ਕਹਿ ਦੇਣਗੇ ਵੀ ਅਸੀਂ ਨਹੀਂ ਦੇਖਣ ਜਾਂਦੇ, ਹੈ ਨਾ, ਅਤੇ ਜਿਹੜੀ ਚੰਗੀ ਚੀਜ਼ ਉਹ ਐਪਰੀਸ਼ੀਏਟ ਵੀ ਕਰਦੇ ਨੇ। ਔਰ ਉਹਨੇ ਮੈਨੂੰ ਸਪੈਸ਼ਲੀ ਇਹ ਕਹਾ, ਤੂੰ ਸੁਖਨ ਨੂੰ ਫੋਨ ਲਾ ਲਈ ਆਪਣੀ, ਹੁਣੇ ਗੱਲ ਹੁੰਦੀ ਵੀ ਉਹਨੇ ਤੇਰੇ 3-4-5 ਮੈਨੂੰ ਸੁਣਾ ਕੇ ਹੱਸੀ ਜਾਏ, ਉਹ ਮੇਰੀ ਨਹੀਂ ਨਾ ਗੱਲ ਕੀਤੀ, ਤੁਹਾਡਾ ਉਹ ਲਾਈਨ ਮੈਨੂੰ ਬਹੁਤ ਅੱਛੀ ਲੱਗੀ, ਕਹਿੰਦਾ ਬਾਬਾ ਬਾਵੇ ਨੇ ਕਿੱਡਾ ਸੋਹਣਾ ਕਿਹਾ ਬਾਬਾ ਭਾਅ ਜੀ ਨੇ, ਕਹਿੰਦਾ ਉਹਨਾਂ ਨੂੰ ਹੋਰ ਕਰਨੀਆਂ ਚਾਹੀਦੀਆਂ। ਭਾਅ ਜੀ ਦਾ ਬੇਟਾ ਨਾ ਜਿਹੜਾ, ਮੈਂ ਉਹਦੀ ਇੱਕ ਚੀਜ਼ ਵੇਖੀ ਆ, ਮੈਂ ਹੁਣ ਵੀ ਜਦੋਂ ਐਲਬਮ ਅਸੀਂ ਕਰਨੀ ਸੀ ਨਾ, ਤਾਂ ਮੈਂ ਭਾਅ ਜੀ ਨੂੰ ਗਾਣੇ ਸੁਣਾਉਣ ਗਿਆ। ਮੈਂ ਓਬਵੀਅਸਲੀ ਆਲ ਦਾ ਟਾਈਮ ਮੈਨੂੰ ਹੁੰਦਾ ਕਿ ਮੈਂ ਭਾਅ ਜੀ ਸਲਾਹ ਲਵਾਂ ਕੋਈ ਵੀ ਕੰਮ, ਅਤੇ ਤੁਹਾਨੂੰ ਪਤਾ ਜਿਹੜਾ ਦਲੀਪ ਸਿੰਘ ਸਾਡਾ ਗਾਣਾ ਦਾ ਲਾਸਟ ਅੰਪਾਇਰ, ਉਹ ਕੋਨਸੈਪਟ ਵੀ ਭਾਅ ਜੀ ਦਾ ਸੀਗਾ। ਭਾਅ ਜੀ ਨੇ, ਅਸੀਂ ਪਹਿਲਾਂ ਉਹਦੀ ਵੀਡੀਓ ਇੱਥੇ ਕਰਨ ਲੱਗੇ ਸੀ, ਦੈਨ ਭਾਅ ਜੀ ਟੋਲਡ ਮੀ ਕਿ ਰਣਜੀਤ ਤੂੰ ਇੱਦਾਂ ਕਰ ਅਤੇ ਇੰਗਲੈਂਡ ਜਾ, ਮਹਾਰਾਜ ਦਲੀਪ ਸਿੰਘ ਦੀ ਉੱਤੇ ਜਿੱਥੇ ਉਹਨਾਂ ਦੀ ਸਮਾਰਕ ਆ ਉੱਥੇ ਸ਼ੂਟ ਕਰ। ਔਰ ਭਾਅ ਜੀ ਜੋ ਉਸ ਤੋਂ ਬਾਅਦ ਜਿਹੜੀ ਆਊਟਪੁੱਟ ਜਾਂ ਜੋ ਉਸ ਤੋਂ ਬਾਅਦ ਰਿਜ਼ਲਟ ਨਿਕਲਿਆ, ਤੁਸੀਂ ਬਿਲੀਵ ਕਰਿਓ, ਉੱਥੇ ਪੀਟਰ ਬੈਂਸ ਭਾਅ ਜੀ ਆ ਜਿਨ੍ਹਾਂ ਨੇ ਉਹਦੀ ਲੈ, ਉਹ ਮੈਨੂੰ ਕਹਿੰਦੇ ਕਿ ਰਣਜੀਤ ਉਸ ਤੋਂ ਬਾਅਦ ਇਹਨਾਂ ਲੋਕਾਂ ਦਾ ਰੁਝਾਨ ਹੋ ਗਿਆ, ਪਰ ਉਹ ਜਦੋਂ ਅਸੀਂ ਗਾਣਾ ਬਣਾਇਆ, ਗਾਣਾ ਇੰਨਾ ਪਾਪੂਲਰ ਹੋਇਆ ਗਾਣੇ ਤੋਂ ਬਾਅਦ, ਅਸੀਂ ਜਦੋਂ ਮਹਾਰਾਜ ਦਲੀਪ ਸਿੰਘ ਦੀ ਜਿਹੜੀ ਸਮਾਧ ਆ ਉੱਥੇ ਜਿੱਥੇ ਉਹਨਾਂ ਨੂੰ ਉੱਥੇ ਮਹਾਰਾਣੀ ਸਾਹਿਬ ਉਹਨਾਂ ਦੇ ਇੱਕ ਬੱਚੇ ਉਹਨਾਂ ਤਿੰਨਾਂ ਦੀ ਸਮਾਰਕ ਆ, ਅਤੇ ਉਸ ਤੋਂ ਬਾਅਦ ਲੋਕਾਂ ਦਾ ਇੰਨਾ ਜ਼ਿਆਦਾ, ਹਾਲਾਂਕਿ ਲੰਡਨ ਬਰਮਿੰਗਮ ਰਹਿੰਦੇ ਬਹੁਤ ਸਾਰੇ ਪੰਜਾਬੀ ਸਾਡੇ ਆ ਜਿਹੜੇ ਉੱਥੇ 10% ਹੀ ਅਜੇ ਗਏ ਆ, ਜਿਹੜੇ 90% ਇੱਕ ਦੇ ਥੋੜ੍ਹਾ ਜਿਹਾ ਦੂਰ ਕਰਕੇ ਜਾਂ ਵੈਸੇ ਨਹੀਂ ਗਏ, ਪਰ ਉਸ ਤੋਂ ਬਾਅਦ ਇੰਨਾ ਜ਼ਿਆਦਾ ਵੀ ਜਿਹੜਾ ਉਹ ਭਾਅ ਜੀ ਦਾ ਆਈਡੀਆ ਸੀ। ਐਂਡ ਸੁਖਨ ਦੀ ਮੈਂ ਗੱਲ ਕਰਦਾ ਕਿ ਸੁਖਨ ਦਾ ਬੜਾ, ਉਹ ਬੜਾ ਬਰੀਕੀ ਵਾਲਾ ਬੰਦਾ ਆ,
ਅਤੇ ਜੇ ਉਹਨੇ ਕਮੈਂਟ ਪਾਸ ਕੀਤਾ ਆ ਤਾਂ ਮੈਂ ਸਮਝਦਾ ਕਿ ਵਾਕਿਆ ਹੀ ਬੜੀ ਕਮਾਲ ਦੀ ਗੱਲ ਆ ਔਰ ਫਿਲਮ ਸਾਡੀ ਸੱਚੀ ਬਹੁਤ ਕਮਾਲ ਦੀ ਆ। ਮੈਂ ਜਿੱਦਣ ਭਾਅ ਜੀ ਹੁਣ ਅਸੀਂ ਫਿਲਮ ਦੇਖਦੇ ਸੀ ਨਾ ਅਤੇ ਕਿਉਂਕਿ ਪਿਛਲੀਆਂ ਦੋ ਤਿੰਨ ਫਿਲਮਾਂ ਮੇਰੀਆਂ ਵੀਕ ਜੀਆਂ ਗਈਆਂ, ਲੈਂਬਰਗਿਨੀ ਵੀ ਮੈਨੂੰ ਪਤਾ ਸੀ ਵੀ ਉਹ ਵੀ ਠੀਕ ਠਾਕ ਜੀ ਫਿਲਮ ਸੀ, ਅਤੇ ਜਦੋਂ ਸ਼ੁਰੂ ਹੋਈ ਨਾ ਤਾਂ ਮੈਨੂੰ ਐਂ ਲੱਗੇ ਮੈਂ ਕਿਹਾ ਯਾਰ ਹਨੀ ਵੀ ਮੈਨੂੰ ਨਾ ਦਿਲ ਹੋਰ ਤਰ੍ਹਾਂ ਹੋਈ ਜਾਂਦਾ, ਆਪਾਂ ਨੂੰ ਫੀਲ ਜਿਹਾ ਹੁੰਦਾ ਨਾ ਜਦੋਂ ਜਦੋਂ ਭਾਅ ਜੀ ਫਿਲਮ ਸ਼ੁਰੂ ਹੋਈ ਅਤੇ ਤੁਸੀਂ ਬਿਲੀਵ ਕਰੋ ਮੇਰੇ 'ਚ ਨਾ ਕੌਨਫੀਡੈਂਸ ਆ ਗਿਆ। ਮੈਂ ਕਿਹਾ ਯਾਰ ਹਨੀ ਆਪਣੀ ਫਿਲਮ ਬਹੁਤ ਘੈਂਟ ਬਣੀ ਆ। ਮੈਂ ਬਾਹਰ ਨਿਕਲਿਆ ਮੈਂ ਕਿਹਾ ਯਾਰ ਹਨੀ ਆਪਾਂ ਨਾ ਸੱਚੀ ਆਹ ਫਿਲਮ ਯਾਰ ਮਜ਼ਾ ਆਊਗਾ, ਨਹੀਂ ਤਾਂ ਕਈ ਵਾਰੀ ਨਾ ਪ੍ਰੀਮੀਅਰ 'ਤੇ ਆਉਣ ਤੋਂ ਵੀ ਡਰ ਲੱਗਦਾ ਵੀ ਯਾਰ ਪਤਾ ਬਾਅਦ 'ਚ ਫੇਸ ਕੀ ਕਰਾਂਗੇ ਜਾਂ ਲੋਕਾਂ ਨੇ ਤੁਹਾਨੂੰ ਝੂਠਾ ਝੂਠਾ ਕਹਿਣਾ ਤਾਂ ਬੜੀ ਵਧੀਆ ਉਹ ਵਾ। ਸੋ ਇਹ ਤਾਂ ਕਸਮ ਨਾਲ ਮੈਂ ਕੈਮਰੇ 'ਤੇ ਕਹਿ ਰਿਹਾ ਕਿ ਇੰਨੀ ਕਮਾਲ ਦੀ ਮੂਵੀ ਬਣੀ ਆ, ਮਤਲਬ 2 ਘੰਟੇ ਤੁਸੀਂ ਸਾਡੇ ਨਾਲ ਦੇਖਣੀ ਹੈ ਨਾ, ਹੋ ਸਕਦਾ ਅਸੀਂ ਪ੍ਰੀਮੀਅਰ ਦੇਖੀ ਅਤੇ ਤੁਹਾਨੂੰ ਅਸੀਂ ਅਹਿਸਾਸ ਆ ਕਿ ਮੈਂ ਕਹਿੰਦਾ ਕਲਾਕਾਰ ਤਾਂ ਤੁਸੀਂ ਘੈਂਟ ਹੋ, ਪਰ ਜਿੱਦਾਂ ਦੇ ਪ੍ਰਾਹੁਣੇ ਲਿਆਉਂਦੇ ਨੇ ਨਾ ਫਿਲਮ ਦਾ ਘੈਂਟ ਹੋਣੀ ਬਣਦੀ ਵੀ ਹੈ। ਯੂਅਰ ਐਕਸਪੀਰੀਅੰਸ? ਹਾਂ my experience on the movie main baba bhai nu keh main kaha baba bhai tusi main kaha baba bhai tusi translate karni hai te guggi bhai te pata si ke chalo kar lenge hun phas kon ke assi do eh nahi na na you follow my prompting hai yeah phatte chak deyange phatte chak deyange chak deyange but do you know these two people is the biggest name in Punjab, biggest he has the biggest fame and he's a big name I know in Punjab and they're both amazing and yes. to work with them for me was very fun even if there was a language barrier sometimes yes. you feel like I'm trying to talk slowly. Baba Paji apni gal cover kar gayi na, tere muh ae vi si. ਦੱਸੋ ਕੀ ਗਿਆ, 2 ਮਿੰਟ ਚ ਦੱਸੋ ਕੀ ਗਿਆ। ਲੁੱਕ ਹਿਜ਼ ਐਕਸਪ੍ਰੈਸ਼ਨ। ਆਈ ਨੋ ਯੂ ਆਰ ਲਾਈਕ ਮੀ ਵੈਨ ਯੂ ਗਾਇਜ਼ ਆਰ ਸਪੀਕਿੰਗ, ਆਮ ਜਸਟ ਲਾਈਕ ਠੀਕ ਹੈ ਠੀਕ ਹੈ। I just know that you are saying theek hai, before that I don't know what you are saying, okay, but you look pretty whatever you are saying. Thank you. Baba bhai dasse mane ki kehna ne, unne tere ko kehna nahi hai, and that is for every girl I'm sure. He has one dialogue and he like passed every girl. Nahi yaar. But yes, my experience working with these amazing actors, it was very fun, good energy, and on set we had a translator. Great. But even if I wasn't understanding, the energy is so funny. You're laughing through all the scenes anyway. Yes. You know? Yeah, I know. Yeah. But Taraji, what do you like the most about the Punjab? For the movie, for me, I just love the fact that it's very light. It was fun to shoot. It was good comedy. And everyone had a good sense of humor naturally. No, he's asking about the Punjab. So what do you like the most? Most about Punjab. When I'm coming so here. You were talking about the film. Like, nah. She likes the food and she likes pinniya. Yes, I love pinniya. Yes. I'm eating. Drink for you. I'm eating pinniya. 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 Don't eat much pinnies because summer is coming.
ਦੈਟ ਇਜ਼ ਆਈ ਹੈਵ ਟੋਲਡ ਯੂ ਦੈਟ ਇਜ਼ ਵਿੰਟਰ ਫੂਡ ਯੈਸ ਸੋ ਮੈਂ ਕਿਹਾ ਇਹਨੂੰ ਕਿਸੇ ਨੇ ਵਧੀਆ ਵਧੀਆ ਖਵਾਤੀਆਂ ਪੰਜ ਚਾਰ ਵੀ ਪਰ ਸ਼ੀ ਲਾਈਕਸ ਪਿੰਨੀਆਂ ਐਂਡ ਸ਼ੀ ਲਾਈਕਸ ਪੰਜਾਬੀ ਫੂਡ ਐਂਡ ਲਾਈਕ ਦ ਸਮੈਲਸ ਆਫ ਮਸਾਲਾ ਬਿਫੋਰ ਯੂ ਮੈਟ ਰਣਜੀਤ ਬਾਵਾ ਜੀ ਐਂਡ ਗੁਰਕੀਤ ਜਦੋਂ ਗੱਲ ਕਰੀ ਹੁੰਦੀ ਮੈਂ ਸੋਚਦਾ ਹੁੰਦਾ ਇਜ਼ ਇਟ ਬੋਜ਼ ਕਿੱਥੇ ਲੱਗਣਾ ਤੂੰ ਰਾਮ ਨਾਲ ਬੋਲਦਾ ਹੈ ਦੀ ਹੈ ਦੀ ਯਾਰ ਮਤਲਬ ਬਿਫੋਰ ਯੂ ਮੈਟ ਬਾਵਾ ਬਾਜੀ ਐਂਡ ਕੁੱਗੀ ਬਾਜੀ ਡੂ ਯੂ ਨੋ ਐਨੀ ਸੌਂਗ ਅਬਾਊਟ ਬਾਬਾ ਬਾਜੀ ਦੈਟ ਹਿਜ਼ ਫੇਮਸ ਸੌਂਗ ਇਜ਼ ਜੱਟ ਚੰਡੀਗੜ੍ਹ ਵਾਲੀਏ ਨੀ ਤੇਰੀ ਕਰਾਗੀ ਹੱਥ ਯਾਰ ਦੇ ਖੜੇ To be honest, before the movie set, no. Huh. But then when you learn who you're working with, you have a look and you see on the internet. She danced on that song. Okay. Yari Chandigarh Waliye, she told me. Yeah, we were playing. Yeah, yeah. Sing one line that Yari Chandigarh Waliye ni teri karagi hath yaar de khade. Brava, but... ਬਟਾਲੇ ਤੋਂ ਨਹੀਂ ਗਾ ਆਮ ਲਾਈਕ ਹੈਲਪ ਯਾਰ ਤੇ ਜੈਰ ਦੇ ਨਾਲ ਹੈ ਨਾ ਕੋਈ ਹੋਰ ਗੁੱਸਾ ਨਾ ਕਰ ਦੇ ਮੈਂ ਗੱਗੜ ਭਾਣੇ ਤੋਂ ਆਈ ਮੈਂ ਕਿ ਆਪਣੇ ਨਾਲ ਲੈ ਲਈਏ ਕੋਈ ਹੋਰ ਗੁੱਸਾ ਨਾ ਕਰ ਦੇ ਨੋ ਬਟ ਯੂ نو ਬਟਾਲਾ ਸਾਡਾ ਸ਼ਹਿਰ ਵਿਊਅਰਸ ਆਰ ਲਾਈਕਿੰਗ ਯੂ ਸੋ ਮੱਚ ਆਫਟਰ ਦਾ ਇੰਟਰਵਿਊ ਸੌਰੀ ਯੂਰ ਫੈਨਸ ਦਾ ਪੀਪਲ ਆਫ ਪੰਜਾਬ they will search you about this interview and they were already searching you it's mean to say you are trending nowadays yes, okay. Your audience would like to listen at least a single line of Punjabi song from you you can say that they will feel karagi I can't sing like really no, I'm not yari chandigarh wali yari chandigarh wali teri ਤੁਸੀਂ ਜਿਹੜਾ ਨਾ ਮੁਸਕੁਰਾ ਰਹੇ ਹੋ ਨਾ ਇਸ ਮੁਸਕਾਨ ਦਾ ਕਾਰਨ ਇੱਕ ਹੀ ਹੁੰਦਾ ਜਦੋਂ ਫਿਲਮ ਦੇ ਵਿੱਚ ਵਾਈਫ ਤੁਹਾਡੀ ਯੂ ਨੋ ਐਕਸ ਹੁੰਦੀ ਹੈ ਜਿਹੜੀ ਹਨਾ ਉਹਨਾਂ ਦੀ ਬੇਟੀ ਤਾਰਾ ਜੀ ਹੈਗੇ ਨੇ ਹਨਾ ਕਿਵੇਂ ਲੱਗਦਾ ਭਾਜੀ ਉਹਨੂੰ ਫਿਲਮ ਦੇ ਵਿੱਚ ਇੰਨੀ ਸੋਹਣੀਆਂ ਸੋਹਣੀਆਂ ਦੇਖੋ ਜਿੱਦਾਂ ਦਾ ਕਰੈਕਟਰ ਮੇਰਾ ਦਿਖਾਇਆ ਨਾ ਉਸ ਫਿਲਮ ਦੇ ਵਿੱਚ ਭਾਵੇਂ ਵਾਈਫ ਮੇਰੀ ਮੇਰੇ ਨਾਲੋਂ 37 ਸਾਲ ਵੱਡੀ ਹੈ ਉਹਦੇ ਵਿੱਚ ਜ਼ਿਆਦਾ ਫਰਕ ਨਹੀਂ 37 ਸਾਲ ਵੱਡੀ ਵਿਖਾਈ ਮੇਰੇ ਨਾਲੋਂ ਪਰ ਵਿਚਾਰੇ ਜਦੋਂ ਉੱਥੇ ਗਰੀਬੀ ਦੇ ਮਾਰਿਆ ਕੋਈ ਮੇਰੇ ਵਰਗਾ ਉੱਥੇ ਮਾਤੜ ਬੰਦਾ ਜਾਵੇ ਉੱਥੇ ਉਹਨੂੰ ਪੱਕਾ ਹੋਣ ਦਾ ਚਾਂਸ ਮਿਲਦਾ ਹੋਵੇ ਇੱਦਾਂ ਦਾ ਹਨਾ ਵੀ ਚੱਲ ਅਗਲਾ ਕਹਿੰਦਾ ਵੀ ਬਸ ਉਮਰ ਦੀ ਕੋਈ ਗੱਲ ਨਹੀਂ ਕੱਦ ਕਾਠ ਦੀ ਕੋਈ ਗੱਲ ਨਹੀਂ ਭਰਾ ਜੀਂਦੀ ਹੋਵੇ ਬਸ ਨਵਾਂ ਚੱਲਦੀ ਹੋਵੇ ਬਾਕੀ ਕੋਈ ਗੱਲ ਨਹੀਂ ਹਨਾ ਵੀ ਮੈਨੂੰ ਪੱਕਾ ਕਰਾ ਦੇਵੇ ਕਿਸੇ ਤਰੀਕੇ ਸੋ ਅਸੀਂ ਤਾਂ ਉਹ ਮਾਤੜ ਸਮਿਆਂ ਦੇ ਗਏ ਹਾਂ ਮੇਰੇ ਤੋਂ ਬਾਅਦ ਇੱਕ ਬੰਦਾ ਉੱਥੇ ਆਉਂਦਾ ਉਹ ਵੀ ਉੱਥੇ ਵਿਆਹ ਕਰਾ ਕੇ ਪੱਕਾ ਹੋਣਾ ਚਾਹੁੰਦਾ ਸੋ ਉਹੀ ਫਨ ਆ ਪੂਰੀ ਫਿਲਮ 'ਚ ਸੌਂਕਣਾ ਦੀ ਲੜਾਈ ਤਾਂ ਵੇਖੀ ਹੈ ਪਹਿਲੀ ਵਾਰੀ ਤੁਸੀਂ ਸੌਂਕਣਿਆਂ ਦੀ ਲੜਾਈ ਵੇਖਣੀ ਸੌਂਕਣਾ ਲੜਦੀਆਂ ਦੋ ਤੁਸੀਂ ਵੇਖੀ ਹੈ ਨਾ ਇਹ ਪਹਿਲੇ ਸੌਂਕਣੇ ਹੋਣੇ ਆ ਜਿਹੜੇ ਵਾਲੋ ਵਾਲੀ ਹੁੰਦੇ ਆ ਇੱਕ ਬੁੜੀ ਪਿੱਛੇ ਵਾਹ ਨਹੀਂ ਸਾਨੂੰ ਬੜੀ ਖੁਸ਼ੀ ਹੈ ਇਸ ਚੀਜ਼ ਦੀ ਐਂਡ ਪ੍ਰਾਹੁਣੇ ਦੀ ਤਾਂ ਸੀਕੁਅਲ ਦੀ ਤਾਂ ਵੈਸੇ ਬੜੀ ਖੁਸ਼ੀ ਹੁੰਦੀ ਹੈ ਹਨਾ ਕਿ ਸੀਕੁਅਲ ਤਾਂ ਹੀ ਪਾਉਣਾ ਜਦੋਂ ਫਿਲਮ ਹਿੱਟ ਹੋ ਜਾਂਦੀ ਹੈ ਐਂਡ ਬਾਬਾ ਸਾਹਿਬ ਅਖਾੜਿਆਂ ਦੀ ਜ਼ਿੰਦਗੀ ਤੁਹਾਡੀ
ਬੜੀ ਸੋਹਣੀ ਤੇ ਰੂਹਾਨੀ ਭਰੀ ਲੱਗਦੀ ਆ ਜਿਹੜੇ ਵੀ ਲੋਕ ਮਿਊਜ਼ਿਕ ਨੂੰ ਪਿਆਰ ਕਰਦੇ ਨੇ ਸਪੈਸ਼ਲੀ ਐਂਡ ਜਿਹੜੇ ਲੋਕ ਪੰਜਾਬੀ ਮਿਊਜ਼ਿਕ ਨੂੰ ਪਿਆਰ ਕਰਦੇ ਨੇ ਜੀ ਮਿਊਜ਼ਿਕ ਚਾਹੇ ਕਿਸੇ ਵੀ ਤਰੀਕੇ ਦਾ ਹੋਵੇ ਬਟ ਪੰਜਾਬ 'ਚ ਸਪੈਸ਼ਲੀ ਤੁਹਾਡੇ ਅਖਾੜਿਆਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਨਾਲੇ ਸਭ ਤੋਂ ਵੱਡੀ ਚੀਜ਼ ਇਹ ਵੀ ਹੁੰਦੀ ਹੈ ਕਿਉਂਕਿ ਭਾਅ ਜੀ ਸ਼ਾਇਦ ਤੁਸੀਂ ਮੇਰੀ ਇਸ ਗੱਲ ਨਾਲ ਐਗਰੀ ਕਰੋਗੇ ਕਿ ਜਦੋਂ ਕਲਾਕਾਰ ਅਖਾੜਾ ਲਾ ਰਿਹਾ ਹੋਵੇ ਨਾ ਜਦੋਂ ਲੋਕਾਂ ਦਾ ਪਿਆਰ ਇਸ ਹੱਦ ਤੱਕ ਉਹਨਾਂ ਦੇ ਕੋਲ ਆ ਜਾਂਦਾ ਕਿ ਉਹਨਾਂ ਨੂੰ ਕੋਈ ਨਾ ਕੋਈ ਗਿਫਟ ਆਪਣੇ ਵੱਲੋਂ ਯੂਨੋ ਦਿੰਦੇ ਨੇ ਉਹ ਰਾਦਰ ਦੈਨ ਜੋ ਵੀ ਉਹਨਾਂ ਦੀ ਪੇਮੈਂਟ ਹੈਗੀ ਉਸ ਤੋਂ ਅਲੱਗ ਚੀਜ਼ ਮੈਂ ਇੱਕ ਸਟੋਰੀ ਦੇਖੀ ਸੀ ਕਿ ਬਾਬਾ ਭਾਈ ਨੇ ਪਾਈ ਸੀਗੀ ਕਿ ਇੱਕ ਬੰਦੇ ਨੇ ਸੋਨੇ ਦੀ ਮੁੰਦਰੀ ਬਾਬਾ ਭਾਈ ਨੂੰ ਗਿਫਟ ਦਿੱਤੀ ਸੀ ਕਿਉਂਕਿ ਉਹ ਚੀਜ਼ ਮੇਰੇ ਖਿਆਲ ਤੋਂ ਖੂਬਸੂਰਤ ਜਿੱਦਾਂ ਹਰਭਜਨ ਭਾਈ ਕਈ ਵਾਰੀ ਗੱਲ ਕਰਦੇ ਹੁੰਦੇ ਕਿ ਕਲਾਕਾਰ ਨੂੰ ਭਾਵੇਂ ਤੁਸੀਂ 10 ਲੱਖ 20 ਲੱਖ ਦੇ ਦਿਓ ਜਦੋਂ ਤੁਸੀਂ ਉਹਨੂੰ ਗਾਉਂਦੇ ਨੂੰ 10 ਰੁਪਏ ਫੜਾਉਂਦੇ ਹੋ ਨਾ ਤਾਂ ਉਹ ਮਨੀ ਜਿਹੜੀ ਆ ਉਹ 10 ਲੱਖ ਤੋਂ ਵੀ ਵੱਡੀ ਹੁੰਦੀ ਕਿਉਂਕਿ ਤੁਸੀਂ ਕਿਤੇ ਨਾ ਕਿਤੇ ਮਜਬੂਰ ਹੋਏ ਉੱਠਣ ਲਈ ਵੀ ਕੁਛ ਨਾ ਕੁਛ ਤੇ ਤੁਹਾਨੂੰ ਚੰਗਾ ਲੱਗਾ ਜਿਹੜਾ ਤੁਸੀਂ ਉੱਠ ਕੇ ਆ ਕੇ ਉਹਨੂੰ ਪਿਆਰ ਦਿੱਤਾ ਆ ਸੋ ਮੈਂ ਸਮਝਦਾ ਕਿ ਬੜੀ ਵੱਡੀ ਇਹ ਗੱਲ ਹੁੰਦੀ ਆ ਕਿ ਕੋਈ ਤੁਹਾਨੂੰ ਪਿਆਰ ਕਰੇ ਅੱਜ ਦੀ ਡੇਟ 'ਚ ਤਾਂ ਪਿਆਰ ਵੈਸੇ ਬੜੀ ਕੀਮਤੀ ਔਰ ਬੜੀ ਵਡਮੁੱਲੀ ਚੀਜ਼ ਮੇਰੇ ਖਿਆਲ ਤੋਂ ਨਾਲੇ ਸਭ ਤੋਂ ਔਖਾ ਭਾਈ ਇਹ ਲੱਭਣਾ ਕਿਉਂਕਿ ਬੜੀ ਨੈਗੇਟਿਵਿਟੀ ਦੇ ਅਰਾਊਂਡ ਤੁਹਾਨੂੰ ਇਹ ਚੀਜ਼ਾਂ ਨਾ ਪਹਿਲਾਂ ਪਿਆਰ ਹਰ ਕਿਸੇ ਥਾਂ 'ਤੇ ਸਾਨੂੰ ਮਿਲ ਜਾਂਦਾ ਸੀਗਾ ਅੱਜ ਸਾਨੂੰ ਲੱਭਣਾ ਪੈਂਦਾ ਕਿ ਬਈ ਕਿਤੋਂ ਪਿਆਰ ਮਿਲ ਜਾਏ ਕਿਉਂਕਿ ਆਸੇ ਪਾਸੇ ਬੜੀ ਨੈਗੇਟਿਵਿਟੀ ਇਨਸਾਨ ਦੇ ਆਮ ਬੰਦੇ ਦੀ ਜ਼ਿੰਦਗੀ 'ਚ ਵੈਸੇ ਹੀ ਕਲਾਕਾਰ ਦੀ ਜ਼ਿੰਦਗੀ 'ਚ ਤਾਂ ਵੈਸੇ ਹੀ ਬਹੁਤ ਆ ਬੜੀ ਸਾਰੀ ਹਰਡਲਸ ਸਾਹਮਣਾ ਕਰਨਾ ਪੈਂਦਾ ਕਿਉਂਕਿ ਭਾਅ ਜੀ ਬਿਲਕੁਲ ਜੀ ਆਰਟਿਸਟ ਲਈ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ ਕਿ ਜਦੋਂ ਲੋਕ ਆਪਣਾ ਪਿਆਰ ਸ਼ੋਅ ਕਰਨ ਲਈ ਤਰੀਕਾ ਲੱਭਣ ਵੀ ਮੈਂ ਕਿੱਦਾਂ ਦੱਸਾਂ ਵੀ ਮੈਂ ਤੈਨੂੰ ਬਹੁਤ ਪਿਆਰ ਕਰਨਾ ਹੁਣ ਜਿਹੜੇ ਬੰਦੇ ਨੇ ਰਿੰਗ ਲਾ ਕੇ ਦਿੱਤੀ ਉਹਦਾ ਉਹ ਇੱਕ ਸਿੰਬਲ ਹੈ ਰਿੰਗ ਦੀ ਕੀਮਤ ਦੀ ਗੱਲ ਨਹੀਂ ਹੈ ਰਿੰਗ ਕਿੰਨੇ ਦੀ 50-60-70 ਹਜ਼ਾਰ ਲੱਖ ਰੁਪਏ 2 ਲੱਖ ਦੀ ਹੋ ਸਕਦੀ ਹੈ ਪਰ ਉਹ ਸਿੰਬਲ ਪਤਾ ਕਿਹੜੀ ਚੀਜ਼ ਹੈ ਕਿ ਹੁਣ ਉਹ ਵਿਚਾਰਾ ਬੈਠਾ ਕਿਡਨੀ ਤਾਂ ਕੱਢ ਕੇ ਦੇ ਨਹੀਂ ਸਕਦਾ ਆਪਣੀ ਹਨਾ ਵੀ ਉੱਥੋਂ ਮੋਢਾ ਲਾ ਕੇ ਦੇ ਦੇਵੇ ਵੀ ਇਹਨੂੰ ਲੈ ਜਾ ਉਹ ਦੇਖ ਰਿਹਾ ਕਿ ਮੇਰੇ ਕੋਲ ਬਿਹਤਰ ਲੋਕ 100-500 ਹਜ਼ਾਰ 2 ਹਜ਼ਾਰ ਵੀ ਸੁੱਟ ਰਹੇ ਨੇ ਪਰ ਉਹ ਦੱਸਣਾ ਚਾਹ ਰਿਹਾ ਕਿ ਮੈਂ ਸਭ ਤੋਂ ਵੱਧ ਤੈਨੂੰ ਪਿਆਰ ਕਰਦਾ ਅੱਛਾ ਔਰਨਾਮੈਂਟ ਐਸੀ ਚੀਜ਼ ਹੁੰਦੀ ਉਹਦੇ ਨਾਲ ਤੁਹਾਡੀ ਕਿ ਇਮੋਸ਼ਨਲ ਅਟੈਚਮੈਂਟ ਵੀ ਹੁੰਦੀ ਹੈ ਜੀ ਉਹ ਕੋਈ ਰਿੰਗ ਪਾਈ ਹੁੰਦੀ ਨਾ ਉਹ ਤੁਹਾਡੀ ਇਮੋਸ਼ਨਲ ਕਈ ਜਿੱਦਾਂ ਹੁਣ ਇਹ ਘੜੀ ਇਹਨੇ ਬਣੀ ਘੜੀ ਨਾਲ ਵੀ ਇਮੋਸ਼ਨਲ ਅਟੈਚਮੈਂਟ ਮੇਰੀ ਉਹ ਕਿੱਥੇ ਗਈ ਘੜੀ ਤੁਹਾਡੇ ਕੋਲ 100 ਘੜੀਆਂ ਹੁਣ ਤੁਸੀਂ ਚੁਣ ਕੇ ਪਾਉਂਦੇ ਹੋ ਹੈਨਾ ਉਹ ਲਾ ਕੇ ਦੇਣ ਦਾ ਮਤਲਬ ਕਿ ਮੇਰੇ ਕੋਲ ਇਸ ਸਮੇਂ ਜੋ ਮੇਰਾ ਬੈਸਟ ਹੈਗਾ ਮੈਂ ਤੈਨੂੰ ਅਰਪਿਤ ਕਰਦਾ ਅਰਪਣ ਹੈ ਉਹ ਵਾਰ ਕੇ ਪੈਸੇ ਨਹੀਂ ਸੁੱਟੇ ਗਏ ਅਰਪਣ ਕੀਤਾ ਵੀ ਮੇਰੇ ਕੋਲ ਆਹ ਬੈਸਟ ਸੀ ਉਹ ਮੇਰੇ ਖਿਆਲ ਨਾਲ ਕਿਸੇ ਆਰਟਿਸਟ ਦੀ ਸਭ ਤੋਂ ਵੱਧ ਕਮਾਈ ਐਸੀ ਹੈ ਔਰ ਉਹ ਕਮਾਈ ਜੇ ਤਾਂ ਛਾਪਾ ਵੀ ਨਹੀਂ ਪੈ ਸਕਦਾ ਵੀ ਜਿਹਨੂੰ ਕੋਈ ਕਹੇ ਕਿ ਮੈਂ ਆ ਗਿਆ ਅਤੇ ਇਹਨੂੰ ਮੈਂ ਲੈ ਗਿਆ ਤੇਰੇ ਕੋਲੋਂ ਜਾਂ ਉਹਨੂੰ ਕੋਈ ਅੱਗੋਂ ਵਿਰਾਸਤ ਵਿੱਚ ਮੈਂ ਆਪਣੇ ਬੱਚੇ ਨੂੰ ਨਹੀਂ ਦੇ ਸਕਦਾ ਵੀ ਆਹ ਤੂੰ ਲੈ ਲੈ ਮੇਰੀ ਕਮਾਈ ਮੇਰੀ ਬਾਕੀ ਕਮਾਈ ਤਾਂ ਮੇਰੇ ਬੱਚੇ ਇੰਜੋਏ ਕਰ ਸਕਦੇ ਆ ਪਰ ਮੇਰੀ ਜਿਹੜੀ ਇਹ ਕਮਾਈ ਹੈ ਨਾ ਇਹ ਮੇਰੀ ਇੰਡੀਵਿਜੁਅਲ ਹੈ ਇਹ ਨਾ ਮੈਂ ਆਪਣੇ ਫਾਦਰ ਸਾਹਿਬ ਨੂੰ ਦੇ ਸਕਦਾ ਨਾ ਆਪਣੇ ਬੱਚੇ ਨੂੰ ਦੇ ਸਕਦਾ ਐਂਡ ਕੁਕੀ ਭਾਅ ਜੀ ਇੱਕ ਚੀਜ਼ ਮੈਂ ਤੁਹਾਡੇ ਕੋਲੋਂ ਸਪੈਸ਼ਲੀ ਇਹ ਸਵਾਲ ਤੁਹਾਡੇ ਕੋਲੋਂ ਹੀ ਮੈਂ ਪੁੱਛਣਾ ਚਾਹੁੰਦਾ ਹਾਂ ਮੈਂ ਬਾਬਾ ਭਾਈ ਕੋਲੋਂ ਇਹ ਚੀਜ਼ ਇਹ ਸਵਾਲ ਨਹੀਂ ਪੁੱਛਣਾ ਚਾਹੁੰਦਾ ਕਿਉਂਕਿ ਮੈਨੂੰ ਪਤਾ ਕਿ ਜਿਹੜਾ ਜਵਾਬ ਤੁਸੀਂ ਮੈਨੂੰ ਦੇਣਾ ਆ ਉਹ ਤੁਸੀਂ ਹੀ ਦੇ ਸਕਦੇ ਹੋ ਅੱਜ ਦੇ ਟਾਈਮ 'ਚ ਬੀਂਗ ਅ ਸੀਨੀਅਰ ਆਰਟਿਸਟ ਆਫ ਦਾ ਇੰਡਸਟਰੀ ਮੈਂ ਇਹ ਗੱਲ ਕਰਦਾ ਇਹ ਚੀਜ਼ ਮੈਂ ਫੀਲ ਕਰਦਾ ਪਰਸਨਲ ਨੋਟ 'ਤੇ ਜਦੋਂ ਵੀ ਕਿਉਂਕਿ ਸਾਡੇ ਕੋਲ 24 ਘੰਟੇ ਨਿਊਜ਼ ਆਉਂਦੀਆਂ ਨੇ ਹਰ ਇੱਕ ਚੀਜ਼ ਆਉਂਦੀਆਂ ਹੈ ਨਾ ਕਲਾਕਾਰ ਤੁਹਾਨੂੰ ਲੱਗਦਾ ਕਿ ਅੱਜ ਜ਼ਿੰਦਗੀ 'ਚ ਜਿਹੜੇ ਪੁਰਾਣੇ ਕਲਾਕਾਰ ਜਾਂ ਜਿੱਦਾਂ ਦਾ ਪੁਰਾਣੇ ਸਮੇਂ 'ਚ ਕਲਾਕਾਰ ਦੀ ਅਹਿਮੀਅਤ ਸੀਗੀ ਵੈਲਿਊ ਸੀਗੀ ਕਲਾਕਾਰ
ਨੂੰ ਇਹਨੂੰ ਲੋਕ ਦੇਖਣਾ ਮਿਲਣਾ ਸੁਣਨਾ ਪਸੰਦ ਕਰਦੇ ਸੀਗੇ। ਅੱਜ ਅੱਜ ਪੰਜਾਬ 'ਚ ਕਿਤੇ ਨਾ ਕਿਤੇ ਸੈਲੀਬ੍ਰਿਟੀ ਥੋੜ੍ਹਾ ਜਿਹਾ ਨਾ ਡਰਦੇ ਨੇ, ਲਾਈਕ ਇਨ ਦ ਸੈਂਸ ਇਹ ਚੀਜ਼ ਮੈਂ ਫੀਲ ਕੀਤੀ ਆ ਕਿ ਉਹ ਡਰ ਦਾ ਕਾਰਨ ਮੈਨੂੰ ਨਹੀਂ ਪਤਾ ਕੀ ਹੈ, ਬਟ ਇੱਕ ਨਾ ਝਿਜਕ ਹੁੰਦੀ ਆ ਵੀ ਯਾਰ ਕਿਤੇ ਜਿਹੜੀ ਪਹਿਲਾਂ ਦੀ ਖੁੱਲ੍ਹ ਹੈਗੀ ਸੀਗੀ, ਫਰੀਡਮ ਹੁੰਦੀ ਸੀਗੀ, ਉਹ ਕਿਤੇ ਨਾ ਕਿਤੇ ਅੱਜ ਘੱਟ ਆ। ਤੁਸੀਂ ਸੋਚਦੇ ਹੋ ਇਹ ਚੀਜ਼? ਨਹੀਂ, ਉਹ ਦੁਨੀਆਂ ਦੇ ਹਰ ਕੰਮ 'ਚ ਹੈ, ਇਸ ਲਾਈਨ 'ਚ ਨਹੀਂ ਹੈਗੀ। ਕਿਹੜਾ ਕਾਰੋਬਾਰੀ, ਕਿਹੜਾ ਕੋਈ ਦੁਕਾਨਦਾਰ ਵੀ ਹੈ, ਉਹਦੇ ਵੀ ਆਪਣੇ ਤਰ੍ਹਾਂ ਦੇ ਫੀਅਰ ਨੇ, ਹੈ ਨਾ। ਕੋਈ ਗੱਡੀ ਟੈਕਸੀ ਚਲਾ ਰਿਹਾ, ਉਹਦੇ ਆਪਣੇ ਫੀਅਰ ਨੇ। ਇਹ ਤਾਂ ਜ਼ਮਾਨੇ 'ਚ ਇੱਕ ਚੇਂਜ ਆਈ ਹੈ, ਸਮੇਂ ਨਾਲ ਇੱਕ ਚੀਜ਼ਾਂ ਪਰਿਵਰਤਨ ਆਇਆ, ਤਾਂ ਹਰ ਲਾਈਨ ਦੇ ਵਿੱਚ ਆਉਂਦਾ। ਪਰ ਮੈਨੂੰ ਲੱਗਦਾ ਕਿ ਕਲਾਕਾਰ ਦੇ ਨਾਲ ਜਿਹੜਾ ਮੋਹ ਲੋਕਾਂ ਦਾ ਸਦੀਆਂ ਪਹਿਲਾਂ ਸੀ, ਉਹ ਅੱਜ ਵੀ ਹੈ। ਜਿਹੜਾ ਜਿਹਨੂੰ ਪਸੰਦ ਕਰਦੇ ਹੁਣ, ਜਿਹੜਾ ਬਿਨਾਂ ਵਜ੍ਹਾ ਸ਼ਿਕਾਇਤਾਂ ਕਰੇ ਵੀ ਆਡੀਅੰਸ ਐਂ ਕਰਦੀ, ਆਡੀਅੰਸ ਨੇ ਆਹ ਨਹੀਂ ਕੀਤਾ, ਲੋਕਾਂ ਨੇ ਮੇਰੀ ਫਿਲਮ ਨਹੀਂ ਦੇਖੀ, ਲੋਕਾਂ ਨੇ ਮੇਰਾ ਗੀਤ ਨਹੀਂ ਸੁਣਿਆ, ਬਈ ਧੱਕੇ ਨਾਲ ਨਹੀਂ ਯਾਰ ਕਿਸੇ ਤੋਂ ਪਿਆਰ ਲਿਆ ਜਾ ਸਕਦਾ। ਜਿਹਨੂੰ ਕਰਦੇ ਨੇ ਲੋਕ ਜਾਨ ਦੇਣ ਤੱਕ ਜਾਂਦੇ ਆ, ਔਰ ਮੈਨੂੰ ਲੱਗਦਾ ਨਹੀਂ ਕਿ ਕੋਈ ਇਹ ਰਿਸ਼ਤਾ ਕਦੇ ਟੁੱਟਣ ਵਾਲਾ ਜਾਂ ਮੁੱਕਣ ਵਾਲਾ। ਸੋ ਅਸੀਂ ਪਿਛਲੇ ਸਮੇਂ 'ਚ ਦੇਖੀਆਂ ਇਹਨਾਂ ਚੀਜ਼ਾਂ ਜੀ, ਕਿਸੇ ਕਲਾਕਾਰ ਲਈ ਲੋਕ ਕਿੱਦਾਂ ਰੋਏ ਵੀ ਨੇ, ਹੈ ਨਾ। ਤਾਂ ਕਹਿਣ ਦਾ ਮਤਲਬ ਇਹ ਹੈ ਜੀ ਕਿ ਜਿਹੜਾ ਬੰਦਾ ਉਹਦੇ ਅੰਦਰ ਵੜ ਗਿਆ ਨਾ ਇੱਕ ਵਾਰੀ, ਜਿਹੜਾ ਕਲਾਕਾਰ, ਲੋਕ ਉਹਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ। ਡਿਪੈਂਡ ਕਰਦਾ ਕਲਾਕਾਰ 'ਤੇ, ਤੁਸੀਂ ਬੀਜਿਆ ਕੀ ਆ, ਤੁਸੀਂ ਦਿੱਤਾ ਕੀ ਆ, ਉਸ ਹਿਸਾਬ ਨਾਲ ਤੁਹਾਨੂੰ ਮਿਲਣਾ। ਹੁਣ ਕੋਈ ਵੀ ਚੀਜ਼ ਆ, ਕੋਈ ਵੀ ਆਰਟਿਸਟ ਆ, ਉਹ ਇਸ ਕਰਕੇ ਨਹੀਂ ਬੁਲਾਇਆ ਜਾਂਦਾ ਕਿ ਉਹ ਕਿੰਨਾ ਹਿੱਟ ਆ ਜਾਂ ਉਹਦੇ ਗਾਣੇ ਕਿੰਨੇ ਚੰਗੇ, ਉਹ ਇਸ ਕਰਕੇ ਬੁਲਾਇਆ ਜਾਂਦਾ ਕਿ ਤੁਹਾਨੂੰ ਕਿੰਨਾ ਚੰਗਾ ਲੱਗਦਾ। ਹੁਣ ਕਰੋੜਾਂ ਪੰਜਾਬ 'ਚ ਲੱਖਾਂ ਹੀ ਆਰਟਿਸਟ ਆ, ਅਤੇ ਤੁਹਾਨੂੰ ਜਿਹੜਾ ਕੋਈ ਬੰਦਾ ਘਰ ਬਹਿ ਕੇ, ਓਬਵੀਅਸਲੀ ਜਦੋਂ ਕਿ ਇੱਕ ਵਿਆਹ 'ਚ ਕੋਈ ਆਰਟਿਸਟ ਬੁਲਾਇਆ ਜਾਂਦਾ ਤਾਂ ਉਹ ਇੱਕ ਪਰਿਵਾਰ ਦੀ ਸਲਾਹ ਹੁੰਦੀ ਆ, ਉਸ ਵੱਡਿਆਂ ਦੀ ਸਲਾਹ ਹੁੰਦੀ। ਮੈਂ ਅਸੀਂ ਇਹ ਸਮਝਦੇ, ਅਤੇ ਅਸੀਂ ਇਹ ਸਮਝਦੇ ਕਿ ਜਦੋਂ ਕੋਈ ਬੰਦਾ ਬੁਲਾਇਆ ਜਾਂਦਾ ਤਾਂ ਉਹ ਇੱਕ ਮਿਊਚੁਅਲ ਡਿਸੀਜ਼ਨ ਹੁੰਦਾ, ਉੱਥੇ ਤੁਹਾਡੇ ਲਈ ਇਹ ਪ੍ਰਾਊਡ ਵਾਲੀ ਗੱਲ ਹੁੰਦੀ ਵੀ ਉਹਨਾਂ ਲੋਕਾਂ ਤੁਹਾਨੂੰ ਸਿਲੈਕਟ ਕੀਤਾ ਅਤੇ ਤੁਸੀਂ ਡਿਜ਼ਰਵ ਕਰਦੇ ਹਾਂ, ਤੁਸੀਂ ਅਤੇ ਅੱਜ ਕੱਲ੍ਹ ਜਿੱਦਾਂ ਭਾਅ ਜੀ ਦੀ ਗੱਲ ਖੜੋ ਕਿ ਉਹ ਡਰ ਅਲੱਗ ਤਰ੍ਹਾਂ ਦੇ ਡਰ ਆ, ਵੀ ਉਹ ਤਾਂ ਆਪਾਂ ਵੈਸੇ ਵੀ ਕਹਿ ਦਿੰਦੇ ਕਿ ਬੱਚੇ ਖੇਡਣ ਨਾ ਜਾਣ ਜਾਂ ਬੱਚੇ ਨੂੰ ਬਾਹਰ ਨਾ ਜਾਣ ਦਿਓ, ਵੀ ਕਿਤੇ ਉਹ ਡਰ ਹਰ ਤਰ੍ਹਾਂ ਦੀ ਕਮਿਊਨਿਟੀ 'ਚ ਹੁੰਦਾ ਆ। ਪਰ ਇੱਕ ਆਰਟਿਸਟ ਨੂੰ ਲੋਕ ਪਿਆਰ ਮੁਹੱਬਤ ਬਹੁਤ ਕਰਦੇ, ਸਾਨੂੰ ਬਹੁਤ ਮੁਹੱਬਤ ਮਿਲਦੀ। ਭਾਅ ਜੀ ਨਾਲ ਅਸੀਂ ਕਿੰਨੇ ਸ਼ੂਟ ਕੀਤੇ, ਭਾਅ ਜੀ ਨੂੰ ਥਾਂ ਮੁਹੱਬਤ ਕਰਦੇ, ਲੋਕ ਪਿਆਰ ਕਰਦੇ, ਚਿਹਰੇ 'ਤੇ ਖੁਸ਼ੀ ਆ ਜਾਂਦੀ ਵੇਖ ਕੇ। ਸਾਨੂੰ ਵੀ ਲੋਕ ਭਾਅ ਜੀ ਹੋ ਜਾਣ, ਜਾਂ ਮਤਲਬ ਕਿ ਦੋ ਕੁ ਆਰਟਿਸਟ ਹੋਰ ਇੰਡਸਟਰੀ ਦੇ ਇਹੋ ਜਿਹੇ ਆਰਟਿਸਟ ਨੇ ਕਿ ਇਹ ਫੋਰਐਵਰ ਰਹਿਣਾ ਹੀ ਨਾ, ਕਮਾਲ ਕਮਾਲ ਇਹਨਾਂ ਨੇ ਰਹਿਣਾ। ਜੇ ਪੁਰਾਣਾ ਇਤਿਹਾਸ ਦੇਖੀਏ ਤਾਂ ਮਤਲਬ ਉਹ ਪਿਆਰ ਦੀ ਗੱਲ ਆ, ਪਿਆਰ ਇਹ ਡਿਪੈਂਡ ਕਰਦਾ ਵੀ ਤੁਸੀਂ ਦਿੱਤਾ ਕੀ ਆ ਲੋਕਾਂ ਨੂੰ, ਜਿਹਦੇ ਕਰਕੇ ਤੁਹਾਨੂੰ ਪਿਆਰ ਮਿਲੇ। ਜੇ ਤੁਸੀਂ ਗਾਣਿਆਂ 'ਚ ਵੀ ਗਾਲਾਂ ਕੱਢਣੀਆਂ ਜਾਂ ਤੁਸੀਂ ਉੱਦਾਂ ਵੀ ਬਾਹਾਂ ਟੁੱਗੀ ਫਿਰਨੀ ਆ, ਤਾਂ ਫਿਰ ਅਗਲੇ ਵੀ ਫਿਰ। ਇੱਕ ਚੀਜ਼ ਨੇ ਮੈਨੂੰ ਬੜਾ ਹਰਟ ਕੀਤਾ ਸੀਗਾ, ਜਦੋਂ ਬੀਂਗ ਅ ਸੈਲੀਬ੍ਰਿਟੀ ਹੋਣ ਦੇ ਨਾਤੇ ਘਰੇ ਯੂ ਨੋ ਜਦੋਂ ਉਹ ਰੇਡ ਪਈ ਸੀਗੀ, ਮੈਨੂੰ ਉਹ ਚੀਜ਼ ਨੇ ਜ਼ਿਆਦਾ ਹਰਟ ਕੀਤਾ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਇਨਸਾਨ ਦੀ ਜ਼ਿੰਦਗੀ ਸਾਹਮਣੇ ਤਾਂ ਆ ਜਾਂਦੀ ਹੈ, ਬਟ ਇੰਟਰਨਲੀ ਤੌਰ 'ਤੇ ਉਹ ਬੜਾ ਹੀ ਇੱਕ ਔਖੇ ਵਕਤ ਤੋਂ ਗੁਜ਼ਰ ਰਿਹਾ ਹੁੰਦਾ ਕਿ ਉਹ ਆਈ ਥਿੰਕ ਉਹ ਕਲਾਕਾਰ ਉਹਦੀ ਫੈਮਿਲੀ ਜਾਣਦੀ ਹੁੰਦੀ ਹੈ ਵੀ ਕਿਹੜਾ ਵੀ ਇਹ ਚੀਜ਼ ਜੋ ਘਰੇ ਹੋਈ ਹੁੰਦੀ ਆ। ਹਰ ਇੱਕ ਇਨਸਾਨ ਨੂੰ ਇੱਦਾਂ ਲੱਗਦਾ ਕਿ ਇਹ ਚੀਜ਼ ਹੋ ਗਈ, ਇਹ ਚੀਜ਼ ਹੋ ਗਈ, ਇਹ ਚੀਜ਼ ਹੋ ਗਈ, ਬਟ ਉਹ ਕਲਾਕਾਰ ਜੋ ਫੀਲ ਕਰ ਪਾਉਂਦਾ ਉਹ ਆਈ ਥਿੰਕ ਕਦੀ ਬਿਆਨ ਕਰਨਾ ਬਹੁਤ ਔਖਾ ਹੁੰਦਾ ਆ। ਹਾਂਜੀ, ਤਾਂ ਬਾਬਾ ਜੀ ਮੈਂ ਉਹ ਮੂਮੈਂਟ ਬਾਰੇ, ਕਿਉਂਕਿ ਨਾ ਉਹ ਲੰਬੇ ਸਮੇਂ ਤੱਕ ਚੀਜ਼ ਚੱਲਦੀ, ਉਹ ਇੱਕਦਮ ਖਤਮ ਹੋਣ ਵਾਲੀ ਚੀਜ਼ ਨਹੀਂ ਹੁੰਦੀ। ਮੈਨੂੰ ਨਹੀਂ ਪਤਾ ਕਿ ਅੱਜ ਸਿਚੁਏਸ਼ਨ ਕੀ ਹੈ ਕੀ ਨਹੀਂ, ਬਟ ਉਸ ਉਹ ਮੂਡ, ਉਹ ਜ਼ੋਨ ਬਾਬੇ ਦੀ ਜ਼ਿੰਦਗੀ 'ਚ ਕਿਵੇਂ ਦਾ ਸੀ? ਦੇਖੋ, ਅਸੀਂ ਅਕਸਰ ਗੱਲ ਕਰਦੇ ਹੁੰਦੇ ਹਾਂ ਕਿ ਇਹ ਚੀਜ਼ਾਂ ਹੋਣੀਆਂ ਸੁਭਾਵਿਕ ਆ, ਜਦੋਂ ਤੁਸੀਂ ਤਰੱਕੀ ਕਰਨੀ ਆ, ਜਦੋਂ ਤੁਸੀਂ ਜਿੱਦਾਂ ਹੁਣੇ ਭਾਅ ਜੀ ਆਪਾਂ ਪਿਛਲੀ ਇੰਟਰਵਿਊ 'ਚ ਵੀ ਗੱਲ ਕਰ ਰਹੇ ਸੀ ਕਿ ਇੱਕ ਜਰਨੀ ਆ, ਅਤੇ ਟਰੈਵਲ ਕਰਦੇ ਵੇਲੇ ਕਈ ਵਾਰ ਤੁਹਾਨੂੰ ਬਹੁਤ ਚੰਗਾ ਫੀਲ ਹੋਣਾ, ਕਈ ਵਾਰ ਤੁਹਾਨੂੰ ਬਹੁਤ ਰੁਕਾਵਟਾਂ ਵੀ ਆਉਣੀਆਂ। ਇੱਦਾਂ ਹੁੰਦਾ
ਸਮ ਟਾਈਮ ਇਹ ਹੁੰਦਾ ਵੀ ਕਈ ਵਾਰ ਤੁਸੀਂ ਬਹੁਤ ਜ਼ਿਆਦਾ, ਜਿੱਦਾਂ ਮੈਂ ਪਿਛਲੇ 10 ਦਿਨਾਂ ਤੋਂ ਬਹੁਤ ਜ਼ਿਆਦਾ ਸਟ੍ਰੈਸਫੁਲ ਵੀ ਰਿਹਾ ਉਹ ਕੇਸ ਨੂੰ ਲੈ ਕੇ, ਕਿਉਂਕਿ ਕੇਸ ਥੋੜ੍ਹਾ ਜਿਹਾ ਮੇਰਾ ਟੇਢਾ ਵੀ ਰਿਹਾ, ਪਰ ਮੈਨੂੰ ਭਾਅ ਜੀ ਨਾਲ ਮੈਂ ਗੱਲ ਕੀਤੀ, ਭਾਅ ਜੀ ਨਾਲ ਮੈਂ ਰੈਗੂਲਰਲੀ ਮੈਂ ਮੇਰਾ ਜਦੋਂ ਵੀ ਮੈਂ ਤੁਹਾਨੂੰ ਦੱਸਿਆ ਕਿ ਮੈਂ ਕੋਈ ਵੀ ਚੀਜ਼ ਮੈਂ ਭਾਅ ਜੀ ਨੂੰ ਫੋਨ ਕਰ ਲੈਂਦਾ, ਤਾਂ ਭਾਅ ਜੀ ਨੇ ਮੇਰੀ ਬਹੁਤ ਹੈਲਪ ਕੀਤੀ, ਬਹੁਤ ਜ਼ਿਆਦਾ ਹੈਲਪ ਕੀਤੀ। ਸੋ ਇਹ ਹੁੰਦਾ ਕਿ ਔਖਾ ਵੇਲਾ, ਇਸੇ ਕਰਕੇ ਸਿਆਣਿਆਂ ਕਿਹਾ ਵੀ ਔਖੇ ਵੇਲੇ ਤਾਂ ਪਤਾ ਹੀ ਉਦੋਂ ਲੱਗਦਾ ਵੀ ਤੁਹਾਡੇ ਨਾਲ ਖੜਾ ਕੌਣ ਆ, ਹੈ ਨਾ। ਸੋ ਗੁੱਸਾ ਗਿਲਾ ਕਿਸੇ 'ਤੇ ਨਹੀਂ ਆ ਵੀ ਕੋਈ ਖੜਾ ਨਹੀਂ ਜਾਂ ਕੋਈ ਆਇਆ ਨਹੀਂ, ਕਿਉਂਕਿ ਮੈਂ ਕਿਹੜਾ ਕੋਈ ਐਡਾ ਕੋਈ ਫਰੀਡਮ ਫਾਈਟਰ ਆ ਕਿ ਲੋਕ ਮੇਰੇ ਘਰ ਦੇ ਬਾਹਰ ਆਉਂਦੇ, ਮੈਂ ਤਾਂ ਕਲਾਕਾਰ ਹਾਂ। ਪਰ ਮੈਨੂੰ ਹਾਂ ਖੁਸ਼ੀ ਇਸ ਚੀਜ਼ ਦੀ ਹੁੰਦੀ ਆ ਕਿ ਜਦੋਂ ਤੁਸੀਂ ਇਹ ਸੋਚਦੇ ਵੀ ਤੁਹਾਡੇ ਘਰ 'ਚ ਕੋਈ ਵੱਡਾ ਭਰਾ ਨਹੀਂ ਜਾਂ ਤੁਹਾਡਾ ਪਿਓ ਨਹੀਂ ਜਾਂ ਤੁਹਾਡਾ ਕੋਈ ਨਹੀਂ, ਤਾਂ ਤੁਹਾਡੇ ਕੋਲ ਇਹੋ ਜਿਹੇ ਭਰਾ ਬੈਠੇ ਆ ਜਿਹੜੇ ਤੁਹਾਨੂੰ, ਮੈਂ ਸਮਝਦਾ ਕਿ ਇਹ ਪਿਓ ਵਰਗੇ ਸਾਡੇ ਭਰਾ ਆ। ਤੁਹਾਨੂੰ ਇੰਟਰਪਟ ਕਰਨੀ ਚਾਹੁੰਦਾ, ਜਿੱਦਾਂ ਦਾ ਰਿਗਾਰਡ ਤੁਸੀਂ ਅੱਜ ਘੁੱਗੇ ਭਾਈ ਨੂੰ ਔਨ ਸਕਰੀਨ ਦੇ ਰਹੇ ਹੋ, ਇੱਦਾਂ ਦਾ ਸਾਰੇ ਕਰਦੇ ਨੇ, ਪਰ ਤੁਹਾਡਾ ਫੀਲ ਅਤੇ ਬਾਕੀਆਂ ਦਾ ਫੀਲ ਬਹੁਤ ਅਲੱਗ। ਨਹੀਂ ਮੈਂ ਤੁਹਾਡੀ ਹਰ ਦੂਜੀ ਗੱਲ ਵਿੱਚ ਘੁੱਗੀ ਭਾਈ ਦਾ ਜ਼ਿਕਰ। ਮੇਰਾ ਭਾਅ ਜੀ ਨਾਲ, ਮੇਰੇ ਤਾਂ ਮੈਂ ਹਮੇਸ਼ਾ ਭਾਅ ਜੀ ਦੇ ਬਿਨਾਂ ਵੀ ਕਹਿੰਦਾ ਕਿ ਮੈਂ ਭਾਅ ਜੀ ਤੋਂ ਬਹੁਤ ਕੁਝ ਸਿੱਖਦਾ, ਔਰ ਮੈਨੂੰ ਜੇ ਕੋਈ ਬਹੁਤ ਚੰਦ ਬੰਦੇ ਦੁਨੀਆਂ 'ਤੇ ਚੰਗੇ ਲੱਗਦੇ ਆ, ਤਾਂ ਭਾਅ ਜੀ ਉਹਨਾਂ 'ਚੋਂ ਵਨ ਆਫ ਦੈਮ ਆ। ਕੋਈ ਚੰਦ ਬੰਦੇ ਹੋਣਗੇ ਜੇ ਮੈਂ, ਮੇਰੇ ਪੋਟੇ ਵੀ ਵੱਧ ਜਾਣੇ ਆ। ਸੋ ਉਹ ਮੈਂ ਗੱਲ ਕਰਦਾ ਕਿ ਇਹ ਚੀਜ਼ਾਂ ਚੱਲਦੀਆਂ ਰਹਿਣੀਆਂ। ਔਰ ਭਾਅ ਜੀ ਨਹੀਂ, ਮੈਨੂੰ ਯਾਦ ਆ ਮੇਰੀ ਜਦੋਂ ਕੰਟਰੋਵਰਸੀ ਹੋਈ ਨਾ, ਤੁਹਾਨੂੰ ਹੋਰ ਗੱਲ ਦੱਸਦਾ, ਔਰ ਭਾਅ ਜੀ ਤੁਸੀਂ ਫਿਰ ਕਹਿਣਾ ਵੀ ਵਾਰ ਵਾਰ ਰਣਜੀਤ ਫਿਰ ਲੈ, ਪਰ ਪਤਾ ਨਹੀਂ ਯਾਰ ਇੰਨੀ ਇਹ ਭਾਅ ਜੀ ਦਾ ਹੀ ਸੁਭਾਅ ਆ, ਮੇਰੇ ਰੌਂਗਟੇ ਖੜ੍ਹੇ ਹੋ ਗਏ ਜਦੋਂ ਨਾ ਮੇਰੀ ਕੰਟਰੋਵਰਸੀ ਹੋਈ ਮੇਰਾ ਕੀ ਕਸੂਰ ਦੀ। ਸਾਡਾ ਲੋਕਡਾਊਨ 'ਚ ਗਾਣਾ ਆਇਆ ਜੇ ਮੈਂ ਮਾੜੇ ਘਰ ਜੰਮਿਆ ਰਹੇ, ਮੇਰਾ ਕੀ ਕਸੂਰ, ਉਹਦਾ ਬਹੁਤ ਵੱਡਾ ਵਿਰੋਧ ਹੋਇਆ। ਉਦੋਂ ਬਹੁਤ ਸਾਰੇ ਆਰਟਿਸਟਾਂ ਨੇ ਮੈਨੂੰ ਇਹ ਕਿਹਾ ਰਣਜੀਤ ਯਾਰ ਤੂੰ ਖੜ੍ਹਾ ਰਹਿ, ਰਣਜੀਤ ਤੂੰ ਡਰੀ ਨਾ, ਐਂ ਵੋ ਜੇ ਵੋ। ਫਿਰ ਮੈਨੂੰ ਭਾਅ ਜੀ ਦਾ ਫੋਨ ਆਉਂਦਾ, ਭਾਅ ਜੀ ਮੈਨੂੰ ਕਹਿੰਦੇ ਰਣਜੀਤ ਵੇਖ। ਔਰ ਉਹ ਗੱਲ ਮੈਂ ਭਾਅ ਜੀ ਜਿੰਨੇ ਵੀ ਉਹ ਵੀ ਕੇਸ ਹੋਇਆ ਜਾਂ ਇਨਕਮ ਟੈਕਸ ਵਾਲਾ ਵੀ ਕੇਸ ਹੋਇਆ, ਭਾਅ ਜੀ ਮੈਨੂੰ ਕਹਿੰਦੇ ਵੀ ਰਣਜੀਤ ਵੇਖ ਭੁਗਤਣੀ ਤੈਨੂੰ ਇਕੱਲੇ ਨੂੰ ਪੈਣੀ ਆ, ਕੋਈ ਇੱਕ ਦਿਨ ਤੇਰੇ ਨਾਲ ਚੱਲ ਜੂ, ਦੋ ਦਿਨ ਤੇਰੇ ਨਾਲ ਚੱਲ ਜੂ, ਰੋਜ਼ ਰੋਜ਼ ਤੇਰੇ ਨਾਲ, ਨਾ ਤਾਂ ਕਿਸੇ ਨੇ ਖਲੋਣਾ ਅਤੇ ਨਾ ਹੀ ਕਿਸੇ ਨੇ ਤੇਰੇ ਨਾਲ ਜਾਣਾ, ਸੋ ਭੁਗਤਣੀ ਤੈਨੂੰ ਤੇਰੇ ਸਿਰ 'ਤੇ ਪੈਣੀ ਹੈ, ਸੋ ਤੂੰ ਵੇਖ ਵੀ ਤੇਰੇ ਲਈ ਬੈਸਟ ਕੀ ਆ, ਵੀ ਕਿਉਂਕਿ ਤੂੰ ਆਰਟਿਸਟ ਆ, ਤੂੰ ਕਿਸੇ ਨੂੰ ਹਰਟ ਨਹੀਂ ਕਰ ਸਕਦਾ, ਕਿਸੇ ਦੇ ਸੈਂਟੀਮੈਂਟ ਹਰਟਸ ਨਹੀਂ ਕਰ ਸਕਦਾ, ਉਹ ਵੀ ਲੋਕ ਤੈਨੂੰ ਪਿਆਰ ਕਰਦੇ ਆ ਜਿਹੜੇ ਲੋਕ ਇਸ ਟਾਈਮ ਤੇਰੇ ਤੋਂ ਹਰਟ ਹੋਏ ਆ, ਪਰ ਤੂੰ ਉਹ ਤੋੜਦੇ ਨਹੀਂ ਆ, ਤੂੰ ਉਹ ਜੋੜਦੇ ਆ ਲੋਕ। ਅਤੇ ਭਾਅ ਜੀ ਦੀ ਉਹ ਸਲਾਹ ਨੇ ਮੇਰਾ ਤੁਸੀਂ ਵੇਖੋ ਵੀ ਉਹ ਵੀ ਸਾਡੀ ਸ਼ਾਂਤ ਹੋ ਗਈ। ਹੁਣ ਵੀ ਟੈਕਸ ਵਾਲਾ ਵੀ ਜਿਹੜਾ ਸਾਡਾ ਹੋਇਆ, ਮੈਂ ਭਾਅ ਜੀ ਦੀ ਸਲਾਹ ਲਈ। ਸੋ ਮੈਂ ਸਮਝਦਾ ਕਿ ਇੰਡਸਟਰੀ ਬਹੁਤ ਵੱਡੀ ਆ, ਬੜੇ ਲੋਕ ਵੀ, ਮੈਂ ਬੜਿਆਂ ਨੂੰ, ਮੈਂ ਇਹ ਨਹੀਂ ਕਿ ਮੈਂ ਭਾਅ ਜੀ ਕੋਲ ਆਇਆ ਸਿੱਧਾ, ਮੈਂ ਬੜਿਆਂ ਨਾਲ ਵਿਚਰ ਕੇ, ਵਰਤ ਕੇ, ਪੁੱਛ ਕੇ, ਕਰਕੇ, ਕਿ ਮੈਂ ਕਈ ਵਾਰ ਇਹ ਸੋਚਦਾ ਕਿ ਕਈ ਇੰਨੇ ਵੱਡੇ ਵੱਡੇ ਅਹੁਦਿਆਂ ਦੇ ਵੀ ਬੰਦੇ ਹੁੰਦੇ ਆ ਜਿਹੜੇ ਆਪਣੇ ਲਿੰਕ ਹੀ ਨਹੀਂ ਵਰਤਦੇ ਵੀ ਯਾਰ ਅਸੀਂ ਇਹਦੇ ਲਈ ਕੀ ਵਰਤਣਾ। ਸੋ ਭਾਅ ਜੀ ਤਾਂ, ਭਾਅ ਜੀ ਦੇ ਰੱਬ ਲੰਬੀ ਉਮਰ ਕਰਨ, ਮਾਰੇ ਇਹਨਾਂ ਨੂੰ ਤੰਦਰੁਸਤੀ ਦੇਣ, ਮੈਂ ਹਮੇਸ਼ਾ ਦੁਆਵਾਂ ਦਿੰਦਾ। ਇਹ ਸਾਡਾ ਸਾਡੇ ਵੱਡੇ ਭਰਾ ਵੀ ਆ, ਸਾਡੇ ਲਈ ਪਿਓਾਂ ਵਾਲੀ ਜਗ੍ਹਾ ਵੀ ਰੱਖਦੇ ਆ, ਮੇਰੇ ਲਈ ਬਹੁਤ, ਮੇਰੇ ਲਈ ਤਾਂ ਬਹੁਤ ਵੱਡੀ ਅਹਿਮੀਅਤ ਆ ਭਾਅ ਜੀ ਦੀ ਮੇਰੀ ਲਾਈਫ 'ਚ। ਘੁੱਗੀ ਭਾਅ ਜੀ, ਮੈਂ ਇੱਕ ਚੀਜ਼ ਤੁਹਾਨੂੰ ਪੁੱਛਣੀ ਚਾਹੁੰਦਾ ਹਾਂ, ਤੁਸੀਂ ਕਲਾਕਾਰ ਵੀ ਚੰਗੇ ਹੋ ਐਂਡ ਤੁਸੀਂ ਇਨਸਾਨ ਵੀ ਚੰਗੇ ਹੋ। ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਇਨਸਾਨ ਦਾ ਚੰਗਾ ਹੋਣਾ, ਵੀ ਇਨਸਾਨ ਜੇ ਚੰਗਾ ਹੋਵੇ ਨਾ ਤਾਂ ਬੜਿਆਂ ਦੀ ਜ਼ਿੰਦਗੀ 'ਚ ਨਾ ਉਹ ਪੋਜ਼ਿਟਿਵਿਟੀ ਰਹਿੰਦੀ ਹੈ, ਜਿਹਦੇ ਕਰਕੇ ਉਹਨੂੰ ਇਮੋਸ਼ਨਲੀ ਸਪੋਰਟ ਬੜੀ ਰਹਿੰਦੀ ਹੈ, ਜਿਵੇਂ ਬਾਬਾ ਸਾਹਿਬ ਹੁਣੇ ਤੁਹਾਡੇ ਬਾਰੇ ਕਹਿ ਰਹੇ ਨੇ, ਹੈ ਨਾ। ਇਸ ਚੀਜ਼ ਨੂੰ ਕੈਰੀ ਕਰਨਾ ਡਿਫੀਕਲਟ ਲੱਗਦਾ ਕਦੇ ਕਦੇ ਕਿ ਬੀਇੰਗ ਐਨ ਐਕਟਰ ਐਂਡ ਬੀਇੰਗ ਅ ਹਿਊਮਨ? ਨਹੀਂ, ਡਿਫੀਕਲਟ ਨਹੀਂ ਲੱਗਦਾ, ਮੇਰੀ ਡਿਊਟੀ ਹੈ, ਫਰਜ਼ ਹੈ। ਪਤਾ ਕਿਉਂ? ਮੈਂ ਵੀ ਹਰ ਬੰਦੇ ਲਈ ਖੜ੍ਹ ਨਹੀਂ ਸਕਦਾ, ਠੀਕ ਹੈ ਨਾ। ਮੈਂ ਸਿਰਫ ਉਹਦੇ ਲਈ ਖੜ੍ਹਦਾ ਜਿਹਦਾ ਮੈਂ ਖੁਦ ਫੈਨ ਹੁੰਦਾ। ਇਹਦਾ ਮੈਂ ਬਤੌਰ ਸਿੰਗਰ ਫੈਨ ਤਾਂ ਚਲੋ ਸਾਰੇ ਹੀ, ਮੈਂ ਆਮ ਪੰਜਾਬੀਆਂ ਵਾਂਗੂ ਇਹਦਾ ਫੈਨ ਆਇਆ ਜੀ ਗਾਇਕੀ ਦਾ, ਪਰ ਮੈਂ ਇਨਸਾਨਾਂ ਦਾ ਫੈਨ ਆ ਯਾਰ, ਜਿਨ੍ਹਾਂ ਦੇ ਅੰਦਰ ਇਨਸਾਨੀਅਤ ਹੈ, ਜਿਨ੍ਹਾਂ ਦੇ ਅੰਦਰ ਕਿਰਦਾਰ ਹੈ ਨਾ, ਮੈਂ ਉਹਨਾਂ ਦਾ ਹਮੇਸ਼ਾ ਹੀ ਫੈਨ ਹਾਂ। ਉਹ ਦੁਨੀਆ ਦੇ ਕਿਸੇ ਫੀਲਡ ਨੂੰ ਬਿਲੋਂਗ ਕਰਦੇ ਹੋਣ,
ਮੇਰੇ ਲਈ ਜਿਹੜਾ ਮੇਰੇ ਕੋਲ ਕੰਮ ਕਰ ਰਿਹਾ ਗਾਰਡਨਰ ਹੈ ਨਾ, ਮਾਲੀ ਹੈ, ਜੇ ਉਹ ਅੱਛਾ ਇਨਸਾਨ ਹੈ ਨਾ, ਤੁਸੀਂ ਉਹਨੂੰ ਵੀ ਕਦੇ ਪੁੱਛ ਕੇ ਜਾ ਕੇ ਦੇਖ ਲਿਓ, ਕਦੇ ਲੋੜ ਪਈ ਤਾਂ ਮੈਂ ਉਹਦੇ ਨਾਲ ਵੀ ਜਿੰਨਾ ਕੁ ਮੇਰੀ ਔਕਾਤ ਆ ਉਨਾ ਕੁ ਖੜ੍ਹੇ ਹਾਂ, ਅਤੇ ਜੇ ਨਹੀਂ ਤਾਂ ਮੈਂ ਵੱਡੇ ਵੱਡੇ ਖੱਬੀ ਖਾਨਾਂ ਦੇ ਨਾਲ ਵੀ ਨਹੀਂ ਖੜ੍ਹਾ ਹੋਇਆ, ਹੈ ਨਾ, ਮੈਂ ਛੱਡ ਕੇ ਵੀ ਦੁਨੀਆ ਨੂੰ ਭੱਜਿਆ ਲੋਕਾਂ ਨੂੰ ਵੀ ਨਹੀਂ ਨਹੀਂ ਮੈਨੂੰ ਸਮਝ ਆਈ ਬਈ ਤੁਹਾਡੀ, ਹੈ ਨਾ, ਅਤੇ ਮੈਂ ਨਹੀਂ ਖੜ੍ਹ ਸਕਦਾ। ਇਹ ਤਾਂ ਬੜਾ ਪਿਆਰਾ ਇਨਸਾਨ ਹੈ ਬਾਬਾ। ਤੋ ਇਹ ਡਿਫੀਕਲਟੀ 'ਚ ਹੋਵੇ, ਜਦ ਸਾਰੀ ਦੁਨੀਆ ਨੇ ਦੇਖਿਆ ਕਿ ਇਹਨੇ ਆਪਣੀ ਕਰੀਅਰ ਦੀ ਪਰਵਾਹ ਨਾ ਕਰਕੇ ਡਿਫੀਕਲਟ ਸਮੇਂ 'ਚ ਲੋਕਾਂ ਦੇ ਨਾਲ ਖੜ੍ਹਿਆ, ਮੂਮੈਂਟ ਦੇ ਨਾਲ ਖੜ੍ਹਿਆ, ਅਤੇ ਜੇ ਇਹਦੇ ਨਾਲ ਕੋਈ ਕਿਸੇ ਟਾਈਮ ਖੜ੍ਹਾ ਨਾ ਹੋਵੇ ਤਾਂ ਉਹ ਕਿੰਨਾ ਹਰਟ ਹੋਏਗਾ, ਹੈ ਨਾ। ਇਹ ਲੋਕ ਕਈ ਵਾਰ ਸੋਚਦੇ ਨਹੀਂ ਗੱਲ, ਔਰ ਸਾਡੀ ਲਾਈਨ 'ਚ ਜਾਂ ਕਿਤੇ ਵੀ ਇਹ ਹੁੰਦਾ ਕਿ ਲੋਕ ਤੁਖਣੀ ਦੇ ਕੇ ਫੂਕ ਛਕਾ ਕੇ ਤਾਂ ਬੜਾ ਕੁਛ ਕਰਾ ਸਕਦੇ ਨੇ, ਰਾਈਟ ਟਾਈਮ 'ਤੇ ਰਾਈਟ ਡਿਸੀਜਨ ਲੈਣਾ ਬੜਾ ਔਖਾ ਹੁੰਦਾ। ਔਰ ਮੈਂ ਇਹ ਦੱਸਣਾ ਚਾਹਾਂਗਾ ਕਿ ਮੈਂ ਜੋ ਕਰ ਰਿਹਾ ਨਾ, ਮੈਂ ਕੋਈ ਆਸਾਨ ਨਹੀਂ ਹਾਂ, ਮੈਂ ਕਿਉਂਕਿ ਮੈਨੂੰ ਵੀ ਪਤਾ ਨਹੀਂ ਕਦੋਂ ਕਦੋਂ ਕਿਹੜੇ ਕਿਹੜੇ ਲੋਕਾਂ ਨੇ ਸਪੋਰਟ ਕੀਤਾ, ਕਦੋਂ ਮੈਂ ਮੈਂਟਲੀ ਟੁੱਟਾ ਹੋਵਾਂਗਾ ਤਾਂ ਮੈਨੂੰ ਕਿਸੇ ਨੇ ਬਚਾ ਲਿਆ ਹੋਏਗਾ, ਕਦੋਂ ਮੈਨੂੰ ਲੋੜ ਪਈ ਤਾਂ ਮੇਰੇ ਨਾਲ ਕੋਈ ਖੜ੍ਹ ਗਿਆ ਹੋਏਗਾ। ਇਹ ਮੈਂ ਰੀਪੇ ਕਰ ਰਿਹਾ, ਇਹ ਹੁਣ ਬਾਵੇ ਨੇ ਆਪਣੇ ਕੋਲ ਨਹੀਂ ਰੱਖਣਾ, ਇਹਨੇ ਵੀ ਅੱਗੋਂ ਦੇਣਾ ਲੋਕਾਂ ਨੂੰ, ਜਿੰਨੀ ਜਿੰਨੀ ਕਿਸੇ ਦੀ ਇਹ ਕਰ ਸਕਦਾ ਹੋਏਗਾ ਹੈਲਪ ਜ਼ਿੰਦਗੀ 'ਚ ਕਿਸੇ ਮੂਮੈਂਟ 'ਤੇ। ਰੱਬ ਨੇ ਇਹਨੂੰ ਸ਼ਕਤੀ ਦਿੱਤੀ ਅੱਜ, ਹੋਰ ਵੀ ਦੇਣੀ ਹੈ ਜੇ, ਅਤੇ ਇਹਨੇ ਵੀ ਆਪਣੇ ਕੋਲ ਨਹੀਂ ਰੱਖ ਲੈਣਾ। ਇਹ ਅਸੀਂ ਪਾਸ ਔਨ ਕਰਦੇ ਹਾਂ ਸੁਸਾਇਟੀ ਨੂੰ, ਅਸੀਂ ਇਸ ਹੱਥ ਤੋਂ ਲੈ ਕੇ ਦੂਜੇ ਹੱਥ ਨਾਲ ਦੇ ਦਿੰਦੇ ਹਾਂ। ਦਿਸ ਇਜ਼ ਲਾਈਫ, ਦਿਸ ਇਜ਼ ਦਿਸ ਬਿਊਟੀਫੁਲ ਵਰਲਡ। ਐਂਡ ਭਾਅ ਜੀ, ਇੱਕ ਦੋ ਕੁਐਸਚਨਸ ਨੇ, ਉਸ ਤੋਂ ਬਾਅਦ ਆਪਾਂ ਵਾਈਂਡ ਅਪ ਕਰਦੇ ਹਾਂ, ਕਿਉਂਕਿ ਫਿਲਮ ਦੀ ਗੱਲ ਜ਼ਰੂਰ ਕਰਿਓ। ਹਾਂਜੀ ਹਾਂਜੀ, ਫਿਲਮ ਦੀ ਗੱਲ ਕਰਾਂਗੇ, ਪਰ ਚਲੋ ਇਹ ਤਾਂ ਮੇਰੇ ਆਪਣੀ ਦਿਲ ਦੇ ਕੁਝ ਸਵਾਲ ਸੀਗੇ, ਬਟ ਲੋਕਾਂ ਦੇ ਸਵਾਲ ਨਾ ਅਕਸਰ ਮੈਨੂੰ ਆਉਂਦੇ ਆ, ਤਾਂ ਮੈਂ ਤੁਹਾਨੂੰ ਹਮੇਸ਼ਾ ਪੁੱਛਣਾ ਭੁੱਲ ਜਾਂਦਾ ਕਿ ਜਿਵੇਂ ਦਾ ਰੱਬ ਬਾਬਾ, ਤੁਸੀਂ ਮੇਰੀ ਗੱਲ ਤੋਂ ਐਗਰੀ ਕਰੋਗੇ ਜ਼ਰੂਰ, ਕਿ ਜਿਵੇਂ ਦਾ ਸ਼ੋਅ ਬੋਂਬੇ ਚੱਲਦਾ ਹੈ, ਕਪਿਲ ਭਾਅ ਜੀ ਵੱਲੋਂ ਚੱਲਦਾ ਤਾਂ ਕਪਿਲ ਸ਼ਰਮਾ ਸ਼ੋਅ, ਤੁਹਾਨੂੰ ਲੱਗਦਾ ਕਿ ਇਹਦਾ ਪੰਜਾਬ 'ਚ ਵੀ ਕੁਛ ਨਾ ਕੁਛ ਵਧੀਆ ਹੋਣਾ ਚਾਹੀਦਾ ਬਾਬਾ ਸਾਹਿਬ? ਮਤਲਬ ਕਿ ਥਾਂ ਕਪਿਲ ਛੋਟਾ ਭਾਈ ਹੈ ਸਾਡਾ, ਔਰ ਉੱਥੇ ਵਧੀਆ ਕੰਮ ਕਰ ਰਿਹਾ, ਔਰ ਉਹ ਇੱਕ ਲੈਵਲ ਪਾਰ ਕਰ ਗਿਆ ਹੋਇਆ, ਜਿੱਦਾਂ ਗੇਮ ਨਹੀਂ ਸੀ ਮਾਰੀ ਵਾਲੀ ਖੇਲਦੇ ਹੁੰਦੇ, ਉਹ ਲੈਵਲ ਹੀ ਪਾਰ ਹੋ ਜਾਂਦਾ, ਉਦੋਂ ਅੱਗੇ ਗੇਮ ਮੁੱਕ ਜਾਂਦੀ ਹੈ। ਸੋ ਉਹਨੇ ਗੇਮ ਮੁਕਾਤੀ ਹੈ, ਉਹਦੇ ਕੰਪੀਟੀਸ਼ਨ 'ਚ ਤਾਂ ਉੱਥੇ ਵੀ ਕੋਈ ਨਹੀਂ ਸ਼ੋਅ ਸ਼ੁਰੂ ਕਰ ਸਕਦਾ ਹੁਣ। ਸੋ ਪੰਜਾਬ ਤਾਂ ਛੋਟੀ, ਅਸੀਂ ਇੱਕ ਸਟੇਟ ਦੀ, ਉਹੀ ਕਹਿ ਰਿਹਾ ਨਾ, ਜੋ ਉਹਨੇ ਕਰਤਾ ਨਾ, ਉਹ ਲੈਵਲ ਹੁਣ ਕਿਸੇ ਤੋਂ ਪਾਰ ਹੋਣਾ ਨਹੀਂ, ਨਾ ਪਹਿਲਾਂ ਹੋਇਆ ਸੀ ਕਿਸੇ ਕੋਲੋਂ, ਨਾ ਅੱਜ ਇਸ ਤੋਂ ਬਾਅਦ ਹੋਣਾ, ਕਿਉਂਕਿ ਉਹਨੇ ਇੰਨੇ ਸੋਹਣੇ ਟਾਈਮ 'ਚ ਉਹ ਕੰਮ ਕਰ ਲਿਆ ਜਦੋਂ ਟੈਲੀਵਿਜ਼ਨ ਸੀ ਆਪਣੇ ਸਿਖਰ 'ਤੇ ਸੀ, ਹੁਣ ਤਾਂ ਟੈਲੀਵਿਜ਼ਨ ਦਾ ਦੌਰ ਹੀ ਖਤਮ ਹੋ ਰਿਹਾ, ਗੱਲ ਨੂੰ ਸਮਝੋ ਮੇਰੀ। ਉਹਦੇ ਉਹ ਇਤਿਹਾਸ ਕਪਿਲ ਦੇ ਨਾਲ ਲਿਖਿਆ ਗਿਆ ਔਰ ਲਿਖਿਆ ਰਹਿਣਾ, ਅਤੇ ਪੰਜਾਬ 'ਚ ਉੱਡਾ ਸ਼ੋਅ ਕਰਨਾ ਪਹਿਲੀ ਵਾਰ ਤਾਂ ਪੋਸੀਬਲ ਨਹੀਂ, ਔਰ ਦੂਜੀ ਗੱਲ ਹੈ ਕਿ ਮੈਨੂੰ ਲੱਗਦਾ ਕਿ ਪੰਜਾਬ ਦੀ ਆਪਣੀ ਇੱਕ ਤਾਸੀਰ ਹੈ, ਆਪਣਾ ਇੱਕ ਫਲੇਵਰ ਹੈ, ਪੰਜਾਬ ਉਹੀ ਦੇਖ ਕੇ ਖੁਸ਼ ਹੁੰਦਾ। ਸੋ ਅਸੀਂ ਪੰਜਾਬੀ, ਉਹ ਨਹੀਂ ਮੈਂ ਗੱਲ ਕਰ ਰਿਹਾ, ਉਹ ਪੰਜਾਬੀ ਦਾ ਆਪਣਾ ਇੱਕ ਹਿਊਮਰ ਹੈ, ਉਹ ਬੋਂਬੇ ਦਾ ਇੱਕ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਦਾ ਹਿਊਮਰ ਹੈ, ਉਹ ਕਪਿਲ 'ਤੇ ਇੰਨਾ ਸੂਟ ਕਰਦਾ ਵੀ ਰਹੇ ਰੱਬ ਦਾ ਨਾਂ, ਹੈ ਨਾ, ਸੂਟ ਕਰਦਾ। ਹਾਂ, ਅਤੇ ਸਾਨੂੰ ਲੋਕ ਜਿੱਦਾਂ ਦੇਖਣਾ ਚਾਹੁੰਦੇ ਆ ਨਾ, ਕਹਿੰਦੇ ਕਊਆ ਚਲਾ ਹੰਸ ਕੀ ਚਾਲ ਆਪਣੀ ਵੀ ਭੁੱਲ ਗਿਆ, ਹੈ ਨਾ, ਅਸੀਂ ਉਹ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਇੱਥੇ ਨਹੀਂ ਕਰ ਪਾਵਾਂਗੇ। ਅਤੇ ਕਪਿਲ ਸਾਡਾ, ਸਾਨੂੰ ਇਸ ਗੱਲ 'ਤੇ ਮਾਣ ਹੋਣਾ ਚਾਹੀਦਾ, ਸਾਡਾ ਆਪਣਾ ਫੈਮਿਲੀ ਦਾ ਬੱਚਾ, ਸਾਡਾ ਆਪਣਾ ਪਰਿਵਾਰ ਹੈ, ਹੈ ਨਾ। ਸੋ ਜਿੱਦਾਂ ਖਾਸ ਗੱਲ ਇਹ ਹੋ ਗਈ, ਵੈਸੇ ਵੀ ਉਹਨਾਂ ਦੀ ਬੈਸਟ ਚੀਜ਼ ਭਾਅ ਜੀ ਦੀ, ਮੈਂ ਨਾ, ਅਸੀਂ ਹਮੇਸ਼ਾ ਗੱਲ ਕਰਦੇ ਕਿ ਦੇਖੋ, ਇੱਕ ਇਹ ਬੜੀ ਸੋਹਣੀ ਚੀਜ਼ ਆ ਕਿ ਕੋਈ ਲਿਖਦਾ ਕਿ ਇਹ ਕੁਦਰਤ ਦਾ ਨਿਯਮ ਆ ਵੀ ਜਿਹੜਾ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹਦੇ ਬਾਰੇ ਤੁਸੀਂ ਦੁਨੀਆ 'ਚ ਕਿਤੇ ਵੀ ਬਹਿ ਕੇ ਤੁਸੀਂ ਉਹਨੂੰ ਚੰਗਾ ਹੀ ਕਹੋਗੇ। ਜਿਹਨੂੰ ਤੁਸੀਂ ਨਫ਼ਰਤ ਕਰਦੇ ਹੋ ਉਹਦੇ ਬਾਰੇ ਦੁਨੀਆ ਲੱਖ ਢੰਡੋਰਾ ਪਿੱਟਰੀ, ਤੁਸੀਂ ਇਕੱਲੇ ਕਹੋਗੇ ਵੀ ਨਹੀਂ ਯਾਰ ਇਹ ਲੋਕਲ। ਸੋ ਉਹ ਭਾਅ ਜੀ, ਉਹ ਜਦੋਂ ਅੰਮ੍ਰਿਤਸਰ ਵੀ ਆਉਣਗੇ ਨਾ, ਉਹ ਫੋਨ ਕਰ ਲੈਣਗੇ ਮੈਨੂੰ, ਨਹੀਂ ਮਤਲਬ ਸਾਰਿਆਂ ਨੂੰ। ਉਹਨੂੰ ਇਹ ਹੁੰਦਾ ਕਿ ਯਾਰ ਉਹ ਇੰਜੋਏ ਕਰਨ ਪੰਜਾਬ ਆਉਂਦੇ ਆ, ਸਪੋਰਟ ਕਰਦੇ।
ਸਭ ਨੂੰ ਸਪੋਰਟ ਕਰਦੇ ਆ, ਬੜੀ ਮਾਣ ਵਾਲੀ ਗੱਲ ਆ, ਪਰਮਾਤਮਾ ਸਾਡੇ ਭਰਾ ਨੂੰ ਹੋਰ ਤਰੱਕੀ ਦੇਵੇ ਤੇ ਸਾਡਾ ਜੀ ਓਨਲੀ ਸਟੈਂਡ ਅਪ ਕਮੇਡੀਅਨ ਹਨਾ who has a massive 10 years 20 years span I would say because he's popular since 2005 I think and still he's enjoying the same popularity and since last 20 years he's maintaining that value of humor so he is amazing the guy we are talking about you must be just listening like that what they are talking about it's a little tricky sometimes I'm just like but a bit zoned out about Prona 2 Prona 2 but I want to ask about your Prona 2 but sorry my English is very weak okay that's okay Tara just tell me about the best funny thing like funny moment yes what is the best scene the best one for me is definitely when I'm calling them both dad They're both my dads and I meant to be so serious but I'm laughing the whole time you know So she's totally confused in the movie a movie je puri confused hai bhi asal ch inu bhi pata nahi lag raha bhi ida ek pehlo bhi daddy se do nave ho rahe But do you understand the meaning of prana yes husband and it can also mean guest I've been guest, told guest. Usually we use this word prana for guest but hone mainu conversation bahut kamaal lagi baba ji ek last sawal is to baad finally wind up right jehda ki last sawal puchna banda vi hai kyunki ਸਾਡੇ ਪੰਜਾਬ ਨੂੰ ਹਮੇਸ਼ਾ ਤੁਹਾਡੇ ਵਰਗੇ ਸਾਰੇ ਕਲਾਕਾਰਾਂ ਨੇ ਬਹੁਤ ਜ਼ਿਆਦਾ ਮਾਣ ਮਹਿਸੂਸ ਕਰਾਇਆ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਅਸੀਂ ਮਿਲੀਏ ਤਾਂ ਐਟਲੀਸਟ ਉਹਨਾਂ ਕਲਾਕਾਰਾਂ ਬਾਰੇ ਜਿਹਨਾਂ ਨੂੰ ਅਸੀਂ ਸਾਰੇ ਸੁਣਦੇ ਵੀ ਹੈਗੇ ਹਾਂ ਅਤੇ ਅਸੀਂ ਤੁਹਾਨੂੰ ਵੀ ਸੁਣਦੇ ਹਾਂ ਉਹਨਾਂ ਨੂੰ ਵੀ ਸੁਣਦੇ ਹਾਂ ਐਂਡ ਆਪਸਦਾਰੀ ਇੰਡਸਟਰੀ ਬਹੁਤ ਜ਼ਿਆਦਾ ਪ੍ਰਾਊਡ ਫੀਲ ਕਰਦੇ ਕਿਉਂਕਿ ਇੰਡਸਟਰੀ ਉੱਚੀ ਹੋ ਰਹੀ ਹੈ ਦਿਲਜੀਤ ਵੀਰਾ ਐਂਡ ਦਿਲਜੀਤ ਦੁਸਾਂਝ ਭਾਜੀ ਵਾਲੇ ਕਿਉਂਕਿ ਹੁਣ ਰੀਸੈਂਟਲੀ ਬੜਾ ਕੁਛ ਹੈ ਨਾ ਜਿਵੇਂ ਲਾਈਵ ਸ਼ੋਅਜ਼ ਉਹਨਾਂ ਦੇ ਚੱਲਦੇ ਹੁੰਦੇ ਆ ਬਾਬਾ ਭਾਜੀ ਅਸੀਂ ਵੀ ਉਹਨੂੰ ਇਹ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਆਪ ਨੂੰ ਕਦੀ ਇਹ ਚੀਜ਼ ਫੀਲ ਕਰਦੇ ਹੋ ਕਿ ਹਾਂ ਯਾਰ ਵੀ ਮੈਂ ਉਦਾਂ ਦੀ ਚੀਜ਼ ਕਰਨਾ ਚਾਹੁੰਦਾ ਹਾਂ ਕ੍ਰੀਏਟ ਮੈਂ ਆਪਣੀ ਮੇਰੇ ਵਿਜ਼ਨ ਹੈਗੇ ਆ ਤੁਹਾਡੇ ਆਪਣੇ ਇਨਸਪੀਰੇਸ਼ਨ ਦੇਖੋ ਦਲਜੀਤ ਭਾਜੀ ਬੜੀ ਵੱਡੀ ਇਨਸਪੀਰੇਸ਼ਨ ਆ ਐਂਡ ਯੂ ਨੋ ਕਈ ਵਾਰ ਇੱਦਾਂ ਹੁੰਦਾ ਕਿ ਇੱਕ ਉਹ ਹੁਣ ਪੱਗ ਵਾਲਾ ਕੈਪਟਨ ਹੋ ਗਿਆ ਜਿੱਦਾਂ ਪੱਗ ਵਾਲੇ ਮੁੰਡਿਆਂ ਦਾ ਹਨਾ ਸੋ ਸਮ ਟਾਈਮ ਬਹੁਤ ਸਾਰੀਆਂ ਚੀਜ਼ਾਂ ਜੇ ਤੁਸੀਂ ਕਰਦੇ ਵੀ ਹੋ ਤਾਂ ਕਈ ਵਾਰ ਲੋਕ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਇਸ ਕਰਕੇ ਵੀ ਘੱਟ ਕਰਨੀ ਪੈਂਦੀ ਕਈ ਵਾਰ ਤੁਹਾਨੂੰ ਇਹ ਨਾ ਕਹਦੇ ਕਿ ਤੁਸੀਂ ਕਾਪੀ ਕਰ ਰਹੇ ਹੋ ਜਾਂ ਤੁਸੀਂ ਉਹਦੇ ਵਰਗਾ ਕਰ ਰਹੇ ਹੋ ਸੋ ਉਹ ਆਪਣੇ ਆਪ 'ਚ ਇੱਕ ਬੜਾ ਵੱਡਾ ਨਾਮ ਆ ਔਰ ਸਾਨੂੰ ਪ੍ਰਾਊਡ ਆ ਸਾਡੇ ਪੰਜਾਬ ਨੂੰ ਸਾਡੀ ਪੱਗ ਨੂੰ ਭਾਜੀ ਨੇ ਉਹਨਾਂ ਦੀ ਮਿਹਨਤ ਵੀ ਬੋਲਦੀ ਹੈ ਐਂਡ ਉਹਨਾਂ ਦਾ ਆਪਣਾ ਇੱਕ ਆਪਣੇ ਆਪ 'ਚ ਉਹ ਸੈਲਫ ਮੇਡ ਬੰਦਾ ਆ ਔਰ ਉਹਨਾਂ ਨੇ ਆਪਣੇ ਆਪ ਨੂੰ ਇੰਨਾ ਪੋਲਿਸ਼ ਕੀਤਾ ਸੋ ਮੈਨੂੰ ਲੱਗਦਾ ਕਿ ਜਦੋਂ ਇਸ ਲੈਵਲ 'ਤੇ ਕੋਈ ਬੰਦਾ ਤੁਹਾਨੂੰ ਇਨਕਰੇਜ ਕਰ ਰਿਹਾ ਹੋਵੇ ਤੁਹਾਡੇ ਲਈ ਤੁਹਾਡੀ ਐਨਰਜੀ ਤੁਹਾਨੂੰ ਦੇ ਰਿਹਾ ਹੋਵੇ ਸੋ ਮੈਂ ਨਹੀਂ ਬਹੁਤ ਸਾਰੇ ਮੁੰਡੇ ਚਾਹੁੰਦੇ ਆ ਕਿ ਉਸ ਲੈਵਲ 'ਤੇ ਅਸੀਂ ਜਾਈਏ ਪੱਗ ਲਈ ਪੰਜਾਬੀ ਲਈ ਓਬਵੀਅਸਲੀ ਗੱਲ ਆ ਯਾਰ ਉਹ ਤਾਂ ਕੋਈ ਛੋਟਾ ਸਾਨੂੰ ਤਾਂ ਖੁਸ਼ੀ ਆ ਔਰ ਅਸੀਂ ਖੁਸ਼ ਹੁੰਦੇ ਹਾਂ ਭਾਅ ਜੀ ਦੀ ਤਰੱਕੀ ਵੇਖ ਕੇ ਭਾਅ ਜੀ ਨੂੰ ਵੇਖ ਕੇ ਕਿ ਮੈਂ ਜੇ ਹੁਣ ਮੈਂ ਦੇਖੋ ਮੇਰੀ ਫਿਟ ਮੈਂ 10 ਕਿਲੋ ਭਾਰ ਘਟਾਇਆ ਠੀਕ ਆ ਅਤੇ ਇਹ ਵੀ ਇੱਕ ਕਿਤੇ ਨਾ ਕਿਤੇ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਕਿ ਤੁਸੀਂ ਸਭ ਤੋਂ ਪਹਿਲਾਂ ਫਿੱਟ ਹੋ ਇਨਕਲੂਡ ਠੀਕ ਆ ਸੋ ਫਿਟਨੈਸ ਸਾਡੀ ਲਾਈਨ 'ਚ ਬਹੁਤ ਜ਼ਰੂਰੀ ਆ ਭਾਜੀ ਵੀ ਬਹੁਤ ਫਿੱਟ ਆ ਠੀਕ ਆ ਉਹਨਾਂ ਨੇ ਫਿਟਨੈਸ ਨੂੰ ਬਹੁਤ ਜ਼ਿਆਦਾ ਲਾਈਕ
ਕੀਤਾ ਆ, ਜਿੱਦਾਂ ਜਿਮ ਕਰਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਡਾਇਟ ਕਰਦੇ ਆ, ਸੋ ਚੀਜ਼ਾਂ ਵੀ ਸਾਨੂੰ ਸਭ ਤੋਂ ਪਹਿਲਾਂ ਅਸੀਂ ਮਾਇੰਡ ਸੈੱਟ ਕਰੀਏ, ਬਾਡੀ ਫਿੱਟ ਕਰੀਏ, ਅਤੇ ਫਿਰ ਉਸ ਤੋਂ ਬਾਅਦ ਗੋਲ ਅਚੀਵ ਕਰੀਦਾ ਆ ਕਿ ਹਾਂ. ਔਰ ਬਹੁਤ ਚੰਗੀ ਗੱਲ ਆ ਜੇ ਇੱਦਾਂ ਦੇ ਤੁਹਾਡੇ ਅੱਗੇ ਇੰਸਪੀਰੇਸ਼ਨਲ ਬੰਦੇ ਹੋਣਗੇ, ਤੁਹਾਡੀ ਇੰਡਸਟਰੀ 'ਚ ਇੱਦਾਂ ਦੇ ਲੋਕ ਹੋਣਗੇ, ਅਤੇ ਓਬਵੀਅਸ ਜੀ ਗੱਲ ਆ ਕਿ ਆਪਾਂ ਪਿੱਛੇ ਪਿੱਛੇ ਉਹਨਾਂ ਦੇ ਅੱਗੇ ਆ, ਕਿਉਂਕਿ ਪੱਗ ਵਾਲੇ ਮੁੰਡੇ ਦੀ ਗੱਲ, ਮੈਂ ਦੋ ਪੱਗ ਵਾਲੇ ਬੰਦੇ ਕੋਲ ਪੁੱਛਣਾ ਚਾਹੁੰਦਾ ਸੀਗਾ. ਕਿਉਂਕਿ ਭਾਅ ਜੀ ਆਪਣੇ ਥੋਟਸ ਪਲੀਜ਼ ਇਹਦੇ ਬਾਰੇ ਦਿਓ. ਹਾਂ ਬਿਲਕੁਲ ਜੀ, ਉਹਨੇ ਬੜੀ ਜਰਨੀ ਦੇਖੀ ਹੈ ਦਿਲਜੀਤ ਨੇ, ਔਰ ਇੱਕਦਮ ਕੁਛ ਵੀ ਅਚੀਵ ਨਹੀਂ ਹੁੰਦਾ ਤੁਹਾਡੇ ਕੋਲੋਂ, ਤੁਹਾਨੂੰ ਸਟੈਪ ਬਾਈ ਸਟੈਪ ਅੱਗੇ ਜਾਣਾ ਪੈਂਦਾ. ਤੋ ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਉਹ ਦਿਲਜੀਤ ਦੀ ਪਹਿਲੀ ਫਿਲਮ ਵੀ ਅਸੀਂ ਇਕੱਠਿਆਂ ਨੇ ਕੀਤੀ ਸੀ, ਦ ਲਾਇਨ ਆਫ ਪੰਜਾਬ, ਅਤੇ ਬਟ ਉਹਨੇ ਇੱਕ ਅਲੱਗ ਮਕਾਮ ਬਣਾਇਆ, ਅਲੱਗ ਇੱਕ ਮੈਨੂੰ ਲੱਗਦਾ ਉਹਨੇ ਔਰਾ ਸਿਰਜ ਦਿੱਤਾ ਪੰਜਾਬੀਆਂ ਵਾਸਤੇ, ਹੈ ਨਾ, ਅਤੇ ਜਿਹੜਾ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਸਿਰਫ ਇੱਕ ਅਲੱਗ ਨਜ਼ਰ ਨਾਲ ਜਾਂ ਨਜ਼ਰੀਏ ਨਾਲ ਦੇਖਿਆ ਜਾਂਦਾ ਸੀ, ਇਹਨਾਂ ਨਜ਼ਰ ਔਰ ਨਜ਼ਰੀਏ ਦੋਨੋਂ ਚੇਂਜ ਕੀਤੇ ਨੇ ਉਹਨੇ, ਔਰ ਨਵੇਂ ਦਿਸ ਹਦੇ ਕਾਇਮ ਕੀਤੇ ਨੇ ਆਪਣੇ ਮੁੰਡਿਆਂ ਨੂੰ, ਯੰਗਸਟਰਸ ਨੂੰ ਉਹਨੇ ਇੰਸਪਾਇਰ ਕੀਤਾ ਕਿ ਇੱਥੇ ਤੱਕ ਵੀ ਜਾਇਆ ਜਾ ਸਕਦਾ ਜੇ ਅੰਦਰ ਹਿੰਮਤ ਔਰ ਜਜ਼ਬਾ ਹੋਵੇ, ਕਮਿਟਮੈਂਟ ਹੋਵੇ, ਤਾਂ ਫਿਰ ਮਤਲਬ ਉਹ ਕੀ ਕੁਚੇਲਾ ਕੀ ਕੁਚੇਲਾ ਜਾ ਕੇ ਵੀ ਗਾਇਆ ਜਾ ਸਕਦਾ, ਹੈ ਨਾ. ਅਤੇ ਉਹ ਭਾਵੇਂ ਸਾਨੂੰ ਨਾ ਪਤਾ ਹੋਵੇ, ਹੁਣ ਪਿੰਡਾਂ ਦੇ ਲੋਕ ਇਹ ਵੀ ਤਾਂ ਪੁੱਛਦੇ, ਕਹਿੰਦੇ ਵੀ ਉਹ ਮੁੰਡਾ ਆਉਂਦੇ ਆਪਣਾ ਕਲੇਚੇ ਗਾਇਆ ਜਾ ਕੇ, ਹੁਣ ਪਤਾ ਹੋਵੇ ਨਾ ਹੋਵੇ ਕੀ ਹੁੰਦਾ, ਹੈ ਨਾ. ਪਰ ਇਹ ਗੱਲ ਤਾਂ ਫੈਲ ਗਈ ਨਾ ਉੱਥੇ ਤੱਕ, ਪਿੰਡਾਂ ਤੱਕ, ਵੀ ਸਾਡਾ ਬੱਚਾ ਪਤਾ ਨਹੀਂ ਕਿੱਥੇ ਤੱਕ ਜਾ ਕੇ ਗਾ ਕੇ ਆਇਆ. ਸੋ ਇਹ ਅਚੀਵਮੈਂਟ. ਮੈਂ ਨਾ ਇੱਕ ਸ਼ੌਕਤ ਅਲੀ ਸਾਹਿਬ ਦੀ ਇੰਟਰਵਿਊ ਸੁਣਦਾ ਸੀ ਥੋੜ੍ਹੇ ਦਿਨ, ਉਹ ਕਹਿੰਦੇ ਕਿ ਜਿਹੜੇ ਤੁਹਾਡੇ ਸੀਨੀਅਰ ਹੁੰਦੇ ਹੈ ਨਾ, ਕਿਸੇ ਵੀ ਜਿਸ ਲਾਈਨ 'ਚ ਤੁਸੀਂ ਹੋ, ਮੋਸਟਲੀ ਲੋਕ ਜਾਂ ਤਾਂ ਜ਼ਹਿਰ ਉਗਲਦੇ ਰਹਿੰਦੇ ਆਪਣੀ ਇੰਡਸਟਰੀ ਲਈ ਜਾਂ ਆਪਣੇ ਲੋਕਾਂ ਲਈ, ਹੈ ਨਾ. ਇੱਕ ਆਰਟਿਸਟ ਦੇ ਅੰਦਰ ਨਾ ਉਹ ਜ਼ਹਿਰ ਦਾ ਜਿਹੜਾ ਇੱਕ ਥੈਲੀ ਜਾਂ ਪਾਰਟ ਆ, ਉਹ ਹੋਣਾ ਹੀ ਨਹੀਂ ਚਾਹੀਦਾ. ਸੋ ਕਹਿੰਦੇ ਕਿ ਸੀਨੀਅਰ ਜਿਹੜੇ ਹੁੰਦੇ ਆ, ਉਹ ਤੁਹਾਡਾ ਇੰਸਪੀਰੇਸ਼ਨ ਹੁੰਦੇ ਆ, ਉਹ ਤੁਹਾਡਾ ਸਰਮਾਇਆ ਹੁੰਦੇ ਆ. ਤੁਸੀਂ ਕਦੀ ਇਹ ਨਾ ਕਹੋ ਕਿ ਉਹਨੇ ਵੱਧ ਕਰ ਲਿਆ ਜਾਂ ਮੈਂ ਉਹਦੇ, ਸਾਨੂੰ ਤਾਂ ਅਸੀਂ ਤਾਂ ਖੁਸ਼ ਹੁੰਦੇ ਹਾਂ, ਅਸੀਂ ਤਾਂ ਸਾਡੇ ਲਈ ਜਿੰਨੇ ਵੀ ਮੈਂ ਤਾਂ ਜਿੱਦਾਂ ਘੁੱਗੀ ਭਾਅ ਜੀ ਬੈਠੇ ਤਾਂ ਮੇਰੇ ਬਹੁਤ ਵੱਡੇ ਐਮ ਐਲ ਏ, ਮੇਰੇ ਕੋਲ ਤਾਂ ਤਰਸੇਮ ਜੱਸੜ ਵੀਰਾ ਵੀ ਲਾਸਟ ਟਾਈਮ ਅਸੀਂ ਇਕੱਠੇ ਸੀ, ਤਾਂ ਮੈਂ ਬਹੁਤ ਜ਼ਿਆਦਾ ਨਾ ਡਰ ਫੀਲ ਕਰਦਾ ਕਿ ਮੈਂ ਕੋਈ ਵੱਡੀ ਗੱਲ ਨਾ ਕਰ ਜਾਂ. ਕੋਈ ਵੀ ਮੇਰਾ ਵੱਡਾ ਆਰਟਿਸਟ ਮੇਰੇ ਲਾਗੇ ਬੈਠਾ, ਮੈਂ ਹਮੇਸ਼ਾ 100 ਵਾਰ ਸੋਚਦਾ ਕਿ ਮੈਂ ਇਹੋ ਜਿਹੀ ਕੋਈ ਗੱਲ ਨਾ ਕਰ ਜਾਂ ਵੀ ਮੈਨੂੰ ਐਂ ਲੱਗੇ ਵੀ ਮੈਂ ਪਤਾ ਨਹੀਂ ਕਿੱਡਾ ਕੁ ਮਾਰਕਾ ਮਾਰ ਲਿਆ. ਸੋ ਜਿਹੜੇ ਤੁਹਾਡੇ ਸੀਨੀਅਰ ਆ, ਤੁਹਾਡੀ ਇੰਡਸਟਰੀ ਦੇ ਲੋਕ ਆ, ਜਿਹੜੇ ਤੁਹਾਡੇ ਤੋਂ ਵੱਡੇ ਆ, ਉਹ ਤੁਹਾਡਾ ਪਿਆਰ ਆ, ਤੁਹਾਡੀ ਮੁਹੱਬਤ ਆ, ਤੁਹਾਡੀ ਇੰਸਪੀਰੇਸ਼ਨ ਆ, ਤੁਹਾਡਾ ਸਰਮਾਇਆ ਆ. ਅਤੇ ਉਹਨਾਂ ਲੋਕਾਂ ਨੇ ਆਪਣੀ ਮਿਹਨਤ ਨਾਲ ਜੋ ਜਿੰਨੇ ਜੋ ਅਚੀਵ, ਦੇਖੋ ਕੁਦਰਤ ਜਿਸ 'ਤੇ ਮਿਹਰਬਾਨ ਹੁੰਦੀ ਆ ਤਾਂ ਕੁਦਰਤ ਨੇ ਕੁਛ ਨਾ ਕੁਛ ਤਾਂ ਲਿਆ ਹੀ ਹੋਊਗਾ ਨਾ. ਸੋ ਕੁਦਰਤ ਜੇ ਅੱਜ ਭਾਅ ਜੀ ਨੇ ਇੰਨੀ ਮਿਹਰਬਾਨ ਆ, ਉਹਨਾਂ ਨੇ ਇੰਨਾ ਸਾਰਾ ਕੁਛ ਕੀਤਾ ਆ, ਤਾਂ ਉਹਦੇ ਪਿੱਛੇ ਆਪਾਂ ਨਹੀਂ ਜਾਣਦੇ ਕਿ ਉਹਨਾਂ ਦੀ ਮਿਹਨਤ ਕੀ ਆ ਜਾਂ ਉਹਨਾਂ ਦਾ ਕਿੰਨੀ ਭਗਤੀ ਆ. ਸੋ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰੇ ਮੇਰੇ ਭਰਾਵਾਂ ਨੂੰ, ਭਾਅ ਜੀ ਨੂੰ, ਭਾਅ ਜੀ ਨੂੰ, ਸਾਰੇ ਭਰਾਵਾਂ ਨੂੰ. ਤੁਹਾਨੂੰ ਪਤਾ ਮਤਲਬ ਕਿ ਇਸ ਇੰਟਰਵਿਊ ਤੋਂ ਬਾਅਦ ਮੈਂ ਦੁਬਾਰਾ ਤੋਂ ਰਿਪੀਟ ਕਰ ਰਿਹਾ ਕਿ ਰਣਜੀਤ ਬਾਵੇ ਨੂੰ ਇੱਕ ਐਕਸਟਰਾ, ਚਲੋ ਜਿਹੜੇ ਲੋਕ ਹੁਣ ਤੱਕ ਨਹੀਂ ਮਿਲੇ, ਜਿਹੜੇ ਲੋਕ ਯੂ ਨੋ ਚਾਹੁੰਦੇ ਨੇ ਮਿਲਣਾ, ਪਰ ਇਸ ਇੰਟਰਵਿਊ ਤੋਂ ਬਾਅਦ ਸ਼ਾਇਦ ਇੱਕ ਚੀਜ਼ ਐਡ ਕਰਨੀ ਕਿ ਬਾਬਾ ਸਾਹਿਬ ਹੰਬਲ ਬਹੁਤ ਨੇ. ਨਹੀਂ ਯਾਰ, ਜੇ ਕਿਸੇ ਬੰਦੇ ਨੇ ਕਰਨਾ ਹੋਵੇ ਤਾਂ ਬਾਬਾ ਸਾਹਿਬ ਇਹ ਨਹੀਂ ਕੋਈ ਮਸਲਾ ਹੁੰਦਾ. ਮੈਂ ਅਸੀਂ ਤਾਂ ਸਿੱਖਿਆ ਆ ਰਿਸਪੈਕਟ ਕਰ, ਜਿੰਨੀ ਤੁਸੀਂ ਇੱਜ਼ਤ, ਜੇ ਤੁਸੀਂ ਆਰਟਿਸਟ ਹੋ ਨਾ ਤਾਂ ਆਰਟਿਸਟ ਹੋਣ ਦਾ ਮਤਲਬ ਇਹ ਆ ਕਿ ਤੁਹਾਡੇ 'ਚ ਆਰਟ ਦੇ ਨਾਲ ਨਾਲ ਇਹ ਚੀਜ਼ ਵੀ ਹੋਣੀ, ਠੀਕ ਆ, ਸਤਿਕਾਰ ਭਾਵਨਾ, ਇਹ ਤੋਂ ਪਹਿਲਾਂ ਤਾਂ ਤੁਹਾਡੇ ਪਰਿਵਾਰ 'ਚ ਹੁੰਦਾ, ਪਰਿਵਾਰ ਤੋਂ ਬਾਅਦ ਤੁਸੀਂ ਜਦੋਂ ਇਹੋ ਜਿਹੇ ਵੱਡੇ ਲੋਕਾਂ ਨਾਲ ਕੰਮ ਕਰਦੇ ਹੋ ਤਾਂ ਤੁਹਾਡੇ 'ਚ ਆਟੋਮੈਟਿਕਲੀ ਇਹ ਚੰਗਾ ਰੰਗ ਆਉਣਾ ਬਹੁਤ ਜ਼ਰੂਰੀ ਆ, ਠੀਕ ਆ. ਸੋ ਮੈਂ, ਅਸੀਂ ਤਾਂ ਬਹੁਤ ਕਰਮ ਵਾਲੇ ਹਾਂ, ਮਾਰੇ ਨੇ ਸਾਨੂੰ ਇੰਨੇ ਯੋਗਾ ਕੀਤਾ ਆ. ਸੋ ਤੁਸੀਂ ਬਾਕੀ ਸਾਡੀ ਫਿਲਮ ਵੇਖੋ ਪ੍ਰਾਉਣਾ 2 ਹੁਣ ਆ ਜਾਣੀ ਆ ਜੀ ਸਿਨੇਮਾ ਘਰਾਂ 'ਚ. ਤੁਹਾਨੂੰ ਬਹੁਤ ਮੈਂ ਦਿਲੋਂ ਕਹਿੰਦਾ, ਜਿੱਦਾਂ ਭਾਅ ਜੀ ਵੀ ਕਹਿਣਗੇ ਕਿ ਫਰੈਸ਼ ਕੰਟੈਂਟ ਆ, ਫਰੈਸ਼ ਸਟੋਰੀ ਆ, ਅਤੇ ਸਾਰਾ ਕੁਛ ਇਹਦੇ 'ਚ ਨਵਾਂ ਆ. ਤੁਸੀਂ ਪਰਿਵਾਰਾਂ ਨਾਲ ਜਾਓ 29 ਮਾਰਚ ਨੂੰ,
ਅਤੇ ਇੰਜੋਏ ਕਰੋ ਅਤੇ ਹੱਸਦੇ ਖੇਡਦੇ, ਤੁਹਾਨੂੰ ਇਹ ਫਿਲਮ ਪਤਾ ਨਹੀਂ ਲੱਗਣੀ ਕਦੋਂ ਫਿਨਿਸ਼ ਹੋ ਗਈ ਆ ਅਤੇ ਕਿੰਨਾ ਅਸੀਂ ਤੁਹਾਨੂੰ। ਪਰ ਇਸ ਇੰਟਰਵਿਊ ਦੀ ਕਲੋਜ਼ਿੰਗ ਬਾਬਾ ਸਾਹਿਬ ਦੇ ਗਾਣੇ ਤੋਂ ਨਾ ਹੋਵੇ, ਇੱਦਾਂ ਹੋ ਨਹੀਂ ਸਕਦਾ ਬਾਬਾ ਸਾਹਿਬ ਗਾਣਾ। ਹਾਂ ਬਿਲਕੁਲ ਜੀ, ਮੈਂ ਜ਼ਰੂਰ ਇਹ ਗੱਲ ਐਡ ਕਰਾਂਗਾ ਬਾਬੇ ਨੇ ਜਿੱਦਾਂ ਕਿਹਾ ਕਿ ਅਕਸਰ ਲੋਕਾਂ ਨੇ ਇਹ ਵੀ ਹੁੰਦਾ ਕਿ ਸਟੋਰੀ ਸੇਮ ਸੀ ਯਾਰ, ਹੈ ਨਾ ਫਲਾਣੀ ਫਿਲਮ ਦੀ, ਹੈ ਨਾ, ਪਰ ਇਹਦੇ ਵਿੱਚ ਸਾਡੀ ਗਰੰਟੀ ਹੈ ਡਿਫਰੈਂਟ ਸਟੋਰੀ ਔਰ ਡਿਫਰੈਂਟ ਫਲੇਵਰ ਆਫ ਡਾਇਲੋਗਸ, ਜਿੱਦਾਂ ਦਾ ਹਿਊਮਰ ਤੁਸੀਂ ਪਹਿਲਾਂ ਕਦੇ ਨਾ ਸੁਣਿਆ, ਤੁਸੀਂ ਡਿੱਗ ਡਿੱਗ ਪਾਓਗੇ ਇਸ ਹਿਊਮਰ 'ਤੇ ਔਰ ਆਪਣੇ ਪਰਿਵਾਰਾਂ ਦੇ ਨਾਲ ਬੈਠ ਕੇ ਇੰਜੋਏ ਕਰੋਗੇ। ਸੋ ਨਾਓ ਆਈ ਐਮ ਗੋਨਾ ਸ਼ੇਅਰ ਅ ਸਿੰਗਲ ਲਾਈਨ ਵਿਦ ਤਾਰਾ, ਆਈ ਵਿਲ ਸੇ ਜ਼ਰੂਰ ਵੇਖ ਕੇ ਆਓ, ਯੂ ਵਿਲ ਸੇ ਪ੍ਰੋਣਾ 2, ਠੀਕ ਹੈ? ਸੋ ਆਪਣੇ ਪਰਿਵਾਰਾਂ ਦੇ ਨਾਲ ਜ਼ਰੂਰ ਵੇਖ ਕੇ ਆਓ ਪ੍ਰੋਣਾ 2। ਇੰਨਾ ਸੌਫਟ ਪ੍ਰੋਣਾ ਤੁਸੀਂ ਵੇਖਿਆ ਨਹੀਂ ਹੋਣਾ ਵੈਸੇ ਕਦੇ। ਤੇ ਜਿੱਦਾਂ ਸਾਹਿਲ ਨੇ ਕਿਹਾ ਸੀ ਕਿ ਹੁਣ ਆਪਾਂ ਇਹਨੂੰ ਸਮ ਅਪ ਕਰਾਂਗੇ ਬਾਬਾ ਸਾਹਿਬ ਦੇ ਗਾਣੇ, ਬਾਬੇ ਦੇ ਗੀਤ ਦੇ। ਯੈਸ ਯੈਸ ਯੈਸ, ਚਲੋ ਸਾਡੀ ਫਿਲਮ ਦਾ ਟਾਈਟਲ ਟ੍ਰੈਕ ਆ, ਜ਼ਰੂਰ ਜੀ ਆਉਣ ਦਿਓ। ਓਏ ਹਵਾ ਚੇਂਜ ਹੋ ਜੇ ਸਹੁਰਿਆਂ ਦੇ ਪਿੰਡ ਦੀ, ਤੇ ਰੱਖ ਦੇ ਖਬਰ ਸਾਲੇ ਬਿੰਦ ਬਿੰਦ ਦੀ, ਹਵਾ ਚੇਂਜ ਹੋ ਜੇ ਸਹੁਰਿਆਂ ਦੇ ਪਿੰਡ ਦੀ, ਤੇ ਰੱਖ ਦੇ ਖਬਰ ਸਾਲੇ ਬਿੰਦ ਬਿੰਦ ਦੀ, ਉੱਡੂ ਉੱਡੂ ਸਾਲੀਆਂ ਦਾ ਚਿੱਤ ਕਰਦਾ, ਉੱਡੂ ਉੱਡੂ ਸਾਲੀਆਂ ਦਾ ਚਿੱਤ ਕਰਦਾ, ਤੇ ਬੋਲੀ ਬੋਲਦੀ ਆ ਖੰਡ ਦੇ ਖਿਡੌਣੇ ਨਾਲ ਦੀ। ਉਹ ਕੋਈ ਸ਼ੈ ਨਹੀਂ ਉਹ ਜੱਗ ਤੇ ਪਰਾਉਣੇ ਨਾਲ ਦੀ ਜੀ, ਕੋਈ ਸ਼ੈ ਨਹੀਂ ਉਹ ਜੱਗ ਤੇ ਪਰਾਉਣੇ ਨਾਲ ਦੀ, ਆਓ ਚੀਜ਼ ਨਹੀਂ ਉਹ ਜੱਗ ਤੇ ਪਰਾਉਣੇ ਨਾਲ ਦੀ। ਚਲੋ ਜੀ, ਬਹੁਤ ਬਹੁਤ ਧੰਨਵਾਦ, 30 ਮਾਰਚ ਨੂੰ ਦੇਖ ਗਿਆ ਪ੍ਰੋਣਾ 2। ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ।